दर्शन परसै गुरु कै जन्म मरण दुख जाए होवै सिफ दुख सामदी नूर अरसह कोरसह चक्तिया तुद डिठे सचे पातशाह मल जन्म जन्म दी कटिया सज्जन सच्चा पातशाह सिर साहांद साहो जिस पास बैठिया सोहिया सबना दा वेसाहो बाणी गुरु गुरु है बाणी विच बाणी अमृत सारे गुर बाणी कह सेवक जन माने प्रतख गुरु ने सतारे गुरबाणी कह सेवक जन माने प्रतख गुरु ने सतारे सतनाम वाहे गुरु साहेब जी राम कली की बार राय बलवंड सता तथा सतह डूम आखी एक ओंकार सतगुर प्रसाद नाव करता कादर करे क्यों बोल हो गए जो की बदे दे गुना सत पैन पराव है पारागत दान पड़ी वदे नाव करता कादर करे क्यों बोल हो वे जो की वदे दे गुना सत पैन पराव है पारागत दान पड़ी वदे वाहिगुरु जी का खालसा वाहिगुरु जी की फतेह सतगुरु दे साजी नवाजी होई गुरु की साध संगत जीओ सतगुरु दी अपार कृपा बख्शिश दा सदका हर रोज दी तरह गुरु के सजे हुए दरबार दियां हाजरियां भर के सतगुरु दे दर घर दे कीर्तनिए गुरमुख प्यारे तिना दी रसना तो इलाही गुरबाणी दा शब्द कीर्तन सरवण करद्या होया आनंदित होण दा यतन कर रहे सां सतगुरु रहमत बख्शिश करणै जिथे कीर्तन महान है उथे सतगुरु ने कथा नूं वी सत्कार ते माण बख्शिया कीर्तन ते कथा दा संबंध है गुरबाणी विच हजूर ने वचन फरमाए सी कथा कीर्तन सुखदाई ते सुखां दे देण वाले हन कीर्तन विच जुड़ के आनंद माणिया है और चादरी गुरु की बाण दी कथा विचार अज खालसा जी भगत धन्ना जी उन्हां दा जन्मदिन भी मनाया जा रहा है ऐसे रब दे प्यारे भगत जिन्हां ने वाहिगुरु निरंकार की बंदगी की उन्हां दी रसना दे निकले हुए अमृत भरे बोल ओ रब्बी बन गए ते इलाही बन गए ऐसे गुरु के प्यारे भगत जाने जिमीदार खेतीबाड़ी का कार विहार करते सन
रोज अपनियां गौआं चारन वास्ते जाया करदे आ। रस्ते च एक पंडित बैठा होया जिहदा इतिहास च नाम आउंदा तरलोचन है। ਉਹ ਠਾਕਰਾਂ ਦੀ ਪੂਜਾ ਕਰਿਆ ਕਰੇ। ਪੁੱਛਿਆ ਵੀ ਕੀ ਪ੍ਰਾਪਤ ਹੁੰਦਾ ਰੋਜ਼ ਤੁਸੀਂ ਟੱਲੀਆਂ ਖੜਕਾਉਂਦੇ ਹੋ ਪੂਜਨ ਕਰਦੇ ਹੋ। ਕਹਿੰਦੇ ਮੈਂ ਲੰਗਰ ਤਿਆਰ ਕਰਕੇ ਭਗਵਾਨ ਨੂੰ ਭੋਗ ਲਵਾਉਂਦਾ, ਸਾਰੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਕਹਿਣਗੇ ਫਿਰ ਮੇਰੇ 'ਤੇ ਵੀ ਕਿਰਪਾ ਕਰੋ, ਇੱਕ ਠਾਕੁਰ ਮੈਨੂੰ ਵੀ ਦੇ ਦਿਓ। ਕਹਿਣ ਲੱਗੇ ਠੀਕ ਹੈ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਪੱਥਰ ਏਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੈ। ਵੱਡਾ ਠਾਕੁਰ ਜਿਹੜਾ ਵੱਡਾ ਵੱਟਾ ਸੀ ਨਾ ਭਾਰਾ, ਉਹ ਭਗਤ ਧੰਨੇ ਨੂੰ ਕੱਪੜੇ 'ਚ ਵਲੇਟ ਕੇ ਦਿੱਤਾ ਵੀ ਮੈਂ ਤੈਨੂੰ ਵੱਡਾ ਠਾਕੁਰ ਦੇਣਾ ਹੈ। ਗਊ ਲੈ ਲਈ ਸੀ ਬਦਲੇ ਵਿੱਚ, ਕੋਈ ਸਮੇਂ ਬਾਅਦ ਆਖਿਆ ਨਹੀਂ ਦੁੱਧ ਦੇ ਦਿਆ ਕਰੋ, ਗਊ ਦੀ ਸੇਵਾ ਕਰਨੀ ਔਖੀ ਹੈ। ਭਗਤ ਵਿਚਾਰਾ ਸਿੱਧੇ ਸਾਧੇ ਸੁਭਾਅ ਵਾਲਾ ਹੈ, ਘਰ ਵਿੱਚ ਲਿਆਂਦਾ ਠਾਕੁਰ, ਇਸ਼ਨਾਨ ਪਾਨ ਕਰਵਾਇਆ, ਧੂਪ ਧੁਖਾਇਆ, ਜਦੋਂ ਲੰਗਰ ਤਿਆਰ ਹੋ ਗਿਆ ਤਿਆਰ ਕਰਕੇ ਅਤੇ ਹੱਥ ਜੋੜ ਕੇ ਅੱਗੇ ਬੈਠ ਗਿਆ ਹੈ। ਲਓ ਮਹਾਰਾਜ ਆ ਲੰਗਰ ਪ੍ਰਵਾਨ ਕਰੋ ਅਤੇ ਛਕੋ। ਹੁਣ ਪੱਥਰ ਵਿਚਾਰਾ ਕੀ ਛਕੇ, ਗੁਰਬਾਣੀ ਦਾ ਬਚਨ ਹੈ, ਪਾਥਰ ਨਾ ਕਿਛ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ ਪਈ ਸੇਵੈ। ਪਰ ਧੰਨਾ ਭਗਤ ਹੱਥ ਜੋੜ ਕੇ ਬੈਠਾ ਹੋਇਆ। ਦੁਪਹਿਰ ਚਾੜ ਆਈ, ਛਾਉਂ ਪੈ ਗਈ, ਲੰਗਰ ਅੱਗੇ ਰੱਖਿਆ ਹੋਇਆ ਅਤੇ ਕਹਿੰਦਾ ਵੀ ਛਕੋ, ਨਹੀਂ ਛਕਿਆ। ਰਾਤ ਬਤੀਤ ਹੋਈ, ਚੌਂਕੜਾ ਮਾਰ ਕੇ ਬੈਠਾ ਰਿਹਾ, ਨਹੀਂ ਕੋਈ ਕੰਮ ਕਾਰ ਕੀਤਾ ਅਤੇ ਨਹੀਂ ਪਸ਼ੂਆਂ ਦੀ ਸੰਭਾਲ ਕੀਤੀ, ਨਹੀਂ ਖੇਤ ਜਾ ਕੇ ਵੇਖਿਆ। ਅਗਲਾ ਦਿਨ ਚੜ੍ਹ ਪਿਆ, ਇਹੀ ਬੇਨਤੀ ਕਰ ਲੈ ਵੀ ਰੋਜ਼ ਤੁਸੀਂ ਤਰਲੋਚਨ ਦਾ ਲੰਗਰ ਛਕਦੇ ਹੋ, ਮੇਰੇ ਘਰ ਦਾ ਕਿਉਂ ਨਹੀਂ ਛਕਦੇ, ਕੀ ਵਜ੍ਹਾ ਹੈ? ਉਸ ਸਮੇਂ ਸਾਰਾ ਦਿਨ ਹੀ ਚੌਂਕੜਾ ਮਾਰ ਕੇ ਭਗਤ ਬੈਠਾ ਰਿਹਾ, ਨਹੀਂ ਕੋਈ ਆਵਾਜ਼ ਅਤੇ ਨਹੀਂ ਕੋਈ ਲੰਗਰ ਛਕਿਆ ਕਿਸੇ ਨੇ। ਰਾਤ ਵੀ ਲੰਘ ਗਈ, ਤੀਸਰਾ ਦਿਨ ਚੜ੍ਹ ਪਿਆ, ਆਖਿਆ ਅੱਜ ਤੀਜਾ ਦਿਨ ਹੋ ਗਿਆ, ਕਿਉਂ ਨਹੀਂ ਲੰਗਰ ਛਕਦੇ? ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਸ਼ਹਿਰੀ ਲੋਕਾਂ ਦੇ ਨਰਮ ਨਰਮ ਖਾਣੇ ਪਕਵਾਨ ਉਹ ਖਾਂਦੇ ਹੋ, ਅਸੀਂ ਜ਼ਿਮੀਂਦਾਰ ਲੋਕ, ਸਾਡੀ ਰੋਟੀ ਵੀ ਖੁਸ਼ਕ ਜੀ ਸੁੱਕੀ ਹੁੰਦੀ ਹੈ, ਤਾਂ ਤੁਸੀਂ ਨਹੀਂ ਖਾਂਦੇ। ਜੇ ਰੋਜ਼ ਤਰਲੋਚਨ ਤੁਹਾਨੂੰ ਛਕਾ ਸਕਦਾ, ਉਹਦਾ ਭੋਜਨ ਛਕਦੇ ਹੋ, ਤਾਂ ਮੈਨੂੰ ਤਿੰਨ ਦਿਨ ਹੋ ਗਏ ਨੇ ਤੁਹਾਡੀਆਂ ਮਿੰਨਤਾਂ ਕਰਦੇ ਨੂੰ, ਮੇਰਾ ਕਿਉਂ ਨਹੀਂ ਛਕਦਾ? ਜੇ ਨਾ ਛਕਿਆ ਉਹਨਾਂ ਚਿਰ ਮੈਂ ਵੀ ਕੋਈ ਮੂੰਹ ਨੂੰ ਅਣਜਲ ਨਹੀਂ ਲਾਉਣਾ ਹੈ। ਤੂੰ ਰੁੱਠਾ ਮੋਹਿ ਕਿਹੋ ਨਾ ਸੁਖਾਵੈ। ਜੇ ਮਾਲਕ ਤੂੰ ਹੀ ਰੁੱਸਿਆ ਹੋਇਆ ਛਕਣ ਨੂੰ ਤਿਆਰ ਨਹੀਂ, ਤਾਂ ਮੈਂ ਕਾਹਦੇ ਲਈ ਛਕਣਾ ਹੈ? ਅਖੀਰ ਕਹਿੰਦੇ ਨੇ ਇਤਿਹਾਸ ਇਹ ਗੱਲ ਕਹਿੰਦਾ ਵੀ ਪੱਥਰ 'ਚ ਆਵਾਜ਼ ਨਿਕਲੀ, ਧੰਨਿਆ ਆਕਾਸ਼ ਬਾਣੀ ਹੋਈ, ਆਵਾਜ਼ ਆਈ, ਧੰਨਿਆ ਕਦੇ ਪੱਥਰ ਨਹੀਂ ਖਾਂਦੇ ਹੁੰਦੇ। ਜਵਾਬ ਦਿੱਤਾ ਵੀ ਜੇ ਪੱਥਰ ਖਾਂਦੇ ਨਹੀਂ ਹੁੰਦੇ ਤਾਂ ਪੱਥਰ ਕਦੇ ਕਿਸੇ ਨੇ ਬੋਲਦੇ ਵੀ ਨਹੀਂ ਵੇਖੇ, ਜਿਹੜਾ ਬੋਲਣ ਵਾਲਾ ਨਾ ਉਹ ਪ੍ਰਗਟ ਹੋ। ਅਖੀਰ ਖਾਲਸਾ ਜੀ ਉਹਦੀ ਸ਼ਰਧਾ ਭਾਵਨਾ ਨੂੰ ਫਲ ਲਾਉਂਦਿਆਂ ਹੋਇਆਂ ਭਗਵਾਨ ਪ੍ਰਗਟ ਹੋਏ ਅਤੇ ਆਖਿਆ ਲਿਆ ਤੇਰਾ ਲੰਗਰ ਛਕੀਏ, ਦਰਸ਼ਨ ਦੀਦਾਰ ਦਿੱਤੇ, ਲਓ ਮਹਾਰਾਜ ਛਕੋ। ਲੰਗਰ ਛਕਾਇਆ, ਧੰਨਿਆ ਜੀ ਦਾ ਕੋਈ ਖਾਈਏ, ਉਹਦਾ ਕੋਈ ਕਰੀ ਦਾ ਵੀ ਹੈ, ਦੱਸ ਕੀ ਕਰੀਏ? ਮਹਾਰਾਜ ਪਰਸੋਂ ਦਾ ਤਾਂ ਮੈਂ ਤੁਹਾਡੇ ਕੋਲ ਬੈਠਾ ਹੈ, ਗਾਵਾਂ ਭੁੱਖੀਆਂ ਕਿੱਲਿਆਂ 'ਤੇ ਵਧੀਆਂ ਹੋਈਆਂ ਨੇ, ਖੇਤੀ ਦਾ ਕੰਮ ਕਰਨ ਵਾਲਾ ਹੈ, ਖੂਹ ਵੀ ਜੋੜਨ ਵਾਲਾ, ਕਿਆਰੇ ਮੋੜਨ ਵਾਲੇ ਨੇ,
ਕਿ ਮਹਾਰਾਜ ਕੰਮ ਕਰ, ਧਨੀਆਂ ਕੰਮ ਸਾਰੇ ਤੂੰ ਸਾਨੂੰ ਦੱਸੀ ਜਾਂਦਾ, ਤੂੰ ਕੀ ਕਰੇਗਾ? ਮੈਂ ਮਹਾਰਾਜ ਤੁਹਾਡਾ ਕੰਮ ਕਰਾਂਗਾ, ਤੁਸੀਂ ਮੇਰਾ ਕੰਮ ਕਰੋ, ਮੈਂ ਤੁਹਾਡੀ ਮਾਲਾ ਫੇਰਾਂਗਾ, ਸਿਮਰਨ ਕਰਾਂਗਾ। ਪਰਮੇਸ਼ਰ ਆਪ ਕਾਮਾ ਬਣ ਕੇ ਆਪੇ ਪਿਆਰਿਆਂ ਦੇ ਕੰਮ ਕਰਦਾ ਹੈ। ਸਤਿਗੁਰੂ ਨੇ ਗੁਰਬਾਣੀ 'ਚ ਖਿਆਲ ਦਿੱਤਾ ਵੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੇ, ਜਿਹੜਾ ਰੱਬ ਦਾ ਪਿਆਰ ਹੈ ਅਤੇ ਬੰਦਗੀ ਕਰਨ ਵਾਲਾ, ਵਾਹਿਗੁਰੂ ਉਹਦਾ ਕਾਮਾ ਬਣ ਜਾਂਦਾ ਹੈ, ਆਪ ਕੰਮ ਕਰਨ ਵਾਲਾ ਹੋ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਖਾਲਸਾ ਜੀ ਭਗਵਾਨ ਪਰਮੇਸ਼ਰ ਨੇ ਦਰਸ਼ਨ ਦਿੱਤੇ ਅਤੇ ਧੰਨੇ ਦੀਆਂ ਗਾਵਾਂ ਚਾਰ ਗਈਆਂ, ਕਿਆਰੇ ਮੋੜ ਰਹੇ ਨੇ, ਖੂਹ ਜੋੜਿਆ ਹੋਇਆ। ਬੜੀ ਭਾਰੀ ਚਰਚਾ ਚੱਲੀ ਅਤੇ ਤਰਲੋਚਨ ਬ੍ਰਾਹਮਣ ਵੀ ਵੇਖਣ ਵਾਸਤੇ ਆ ਗਿਆ। ਧੰਨਿਆ, ਮੈਨੂੰ ਪਤਾ ਲੱਗਿਆ ਤੈਨੂੰ ਭਗਵਾਨ ਨੇ ਦਰਸ਼ਨ ਦਿੱਤੇ ਨੇ। ਕਹਿੰਦੇ ਮੈਂ ਤਾਂ ਤਿੰਨ ਦਿਨ ਭੁੱਖੜ ਪਾਣਾ ਹੀ ਬੈਠਾ ਰਿਹਾ, ਫਿਰ ਕਿਤੇ ਕਿਰਪਾ ਕੀਤੀ ਨੇ, ਤੂੰ ਰੋਜ਼ ਦਰਸ਼ਨ ਕਰਦਾ ਰਿਹਾ, ਦੋਵੇਂ ਵੇਲੇ ਭੋਗ ਲਵਾਉਣਾ ਹੈ, ਤੂੰ ਵੀ ਤਾਂ ਕਰਦਾ ਹੀ ਰਿਹਾ। ਆਖਿਆ ਧੰਨਿਆ, ਨਹੀਂ ਮੈਨੂੰ ਉਹਦੇ ਭਗਵਾਨ ਦੇ ਦਰਸ਼ਨ ਨਹੀਂ ਕਦੇ ਹੋਏ। ਕਹਿੰਦੇ ਭੋਗ ਨਹੀਂ ਲਵਾਉਂਦਾ ਰਿਹਾ? ਕਹਿੰਦੇ ਕਾਹਦਾ ਭੋਗ, ਲੰਗਰ ਪਾਣੀ ਤਿਆਰ ਕਰ ਲੈਣਾ ਅਤੇ ਪੱਥਰ ਨੂੰ ਵੱਟੇ ਨੂੰ ਭਗਵਾਨ ਸਮਝ ਕੇ ਥੋੜ੍ਹਾ ਜਿਹਾ ਉਹਦੇ ਨਾਲ ਛੁਹਾ ਦੇਣਾ ਅਤੇ ਮਿੱਠੇ ਕਾਰ ਨੂੰ ਪ੍ਰਕੀੜੀਆਂ ਚੜ੍ਹ ਜਾਣਾ ਅਤੇ ਸਵਾਹ ਫੇੜ ਦੇਣੇ। ਕਦੇ ਮੈਂ ਦਰਸ਼ਨ ਨਹੀਂ ਕੀਤੇ, ਕਿਰਪਾ ਕਰ ਮੈਨੂੰ ਵੀ ਹੁਣ ਦਰਸ਼ਨ ਕਰਵਾ। ਕਹਿਣਗੇ ਉਹ ਵੇਖ, ਸਾਹਮਣੇ ਸਾਵੀ ਗਊ 'ਤੇ ਹੱਥ ਰੱਖਿਆ ਹੋਇਆ ਹੈ, ਆਪਣੇ ਵੱਲ ਵੇਖ ਰਹੇ ਨੇ। ਤਰਲੋਚਨ ਵੇਖਦਾ ਪਰ ਨਜ਼ਰੀ ਕੁਝ ਨਹੀਂ ਪਿਆ। ਧੰਨਿਆ, ਤੈਨੂੰ ਦਿਸਦੇ ਨੇ, ਮੈਨੂੰ ਨਹੀਂ ਦਿਸ ਰਹੇ। ਕਹਿਣਗੇ ਉਹ ਵੇਖ, ਕਈ ਹੱਥ ਜੇ ਫੜੀ ਹੋਈ ਕਿਆਰੇ ਮੋੜ ਰਹੇ ਨੇ। ਆਖਿਆ ਧੰਨਿਆ, ਮੇਰੇ ਨਜ਼ਰ 'ਚ ਨਹੀਂ ਆ ਰਹੇ। ਕਹਿਣਗੇ ਉਹ ਵੇਖ, ਬਲਦਾਂ ਨੂੰ ਹਿੱਕ ਰਹੇ ਨੇ, ਖੂਹ ਜੋੜਿਆ ਹੋਇਆ। ਆਖਿਆ ਸੀ ਧੰਨਿਆ, ਜਿਹੜੀ ਨਿਗਾਹ ਤੇਰੀ ਹੈ ਨਾ, ਉਹ ਮੇਰੀ ਨਹੀਂ ਬਣ ਸਕਦੀ। ਕਿਰਪਾ ਕਰ ਭਗਵਾਨ ਪਰਮੇਸ਼ਰ ਨੂੰ ਕਹੋ ਵੀ ਮੈਨੂੰ ਵੀ ਦਰਸ਼ਨ ਦੇਣਾ। ਉਸ ਵੇਲੇ ਬੇਨਤੀ ਕੀਤੀ, ਮਹਾਰਾਜ ਇਹਨੂੰ ਵੀ ਦਰਸ਼ਨ ਦਿਓ। ਕਿਹਾ ਸੀ ਧੰਨਿਆ, ਇਹ ਪਖੰਡ ਹੀ ਕਰਦਾ ਰਿਹਾ, ਬਣਾ ਕੇ ਵਨ ਸੁਵਾਨੇ ਪਕਵਾਨ ਭੋਜਨ ਹੈ, ਸਾਡੇ ਵਾਸਤੇ ਬਹਾਨਾ ਬਣਾ ਕੇ ਉਹ ਤਰਸਵਾਹ ਹੀ ਫੇਰ ਦਿੰਦਾ ਰਿਹਾ। ਦੰਭੀਆਂ ਪਖੰਡੀਆਂ ਨੂੰ ਕਦੇ ਦਰਸ਼ਨ ਨਹੀਂ ਦਿੱਤੇ ਜਾ ਸਕਦੇ। ਮਹਾਰਾਜ ਮੇਰੀ ਬੇਨਤੀ ਪ੍ਰਵਾਨ ਕਰੋ, ਇਹ ਜ਼ਰੀਆ ਬਣਿਆ ਸੀ ਤੁਹਾਡੇ ਦਰਸ਼ਨਾਂ ਦਾ, ਕਿਰਪਾ ਕਰ ਦਿਓ ਅਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਦਰਸ਼ਨ ਦੇ ਦਿਓ। ਤਰਲੋਚਨ ਨੂੰ ਦਰਸ਼ਨ ਦੀ ਦਾਤ ਪਰਮੇਸ਼ਰ ਦੇ ਕਰਵਾਏ। ਕਿਹਾ ਸੀ ਧੰਨਿਆ, ਕਿਤੇ ਮਾਣ ਨਾ ਕਰ ਲਵੇ ਵੀ ਦੋ ਕੁ ਦਿਨ ਭੁੱਖਾ ਬੈਠਾ ਰਿਹਾ, ਭਗਵਾਨ ਪ੍ਰਗਟ ਹੋ ਗਏ ਨੇ, ਨਾ ਮੈਂ ਪੱਥਰ ਦੇ ਵੱਟੇ ਵਿੱਚ ਹਾਂ, ਨਾ ਮੈਂ ਇਸ ਤਰ੍ਹਾਂ ਕਿਸੇ ਨੂੰ ਮਿਲਦਾ ਹੈ। ਤੇਰੀ ਪਿਛਲੇ ਜਨਮਾਂ ਦੀ ਭਗਤੀ ਹੈ ਅਤੇ 1100 ਜਨਮ ਦੀ ਤੇਰੀ ਭਗਤੀ ਹੈ, 1100 ਜਨਮ ਦੇ ਉਸ ਭਗਤੀ ਨੂੰ ਫਲ ਲਾਉਣ ਵਾਸਤੇ ਤੈਨੂੰ ਦਰਸ਼ਨ ਦੇਣ ਵਾਸਤੇ ਹਾਜ਼ਰ ਹੋਏ ਹੈ। ਜੇ ਕਹੀਂ ਤਾਂ ਵਿਖਾਈਏ, ਮਹਾਰਾਜ ਵਿਖਾਓ। ਕਿਤੇ ਖੂਹ 'ਚ ਪੈਰਾਂ ਨੂੰ ਸੰਗਲ ਪਾ ਕੇ ਪੁੱਠਾ ਲੜਕ ਰਿਹਾ, ਕਿਤੇ ਪਾਣੀ 'ਚ ਖਲੋਤਾ, ਕਿਤੇ ਕਿਤੇ ਤਪੱਸਿਆ ਕਰਦਾ ਨਜ਼ਰੀ ਪਵਾਇਆ, ਹੱਥ ਜੁੜੇ, ਮਾਲਕ ਬੜੀ ਕਿਰਪਾ ਕੀਤੀ ਇਸ ਬਹਾਨੇ ਨਾਲ, ਹੋਣੀ ਕਿਰਪਾ ਕਰਕੇ ਦਰਸ਼ਨ ਦੀਦਾਰ ਬਖਸ਼ੇ ਨੇ। ਇਹ ਵੀ ਕਿਹਾ ਸੀ ਧੰਨਿਆ, ਜਿੰਨੇ ਭਗਤਾਂ ਨੂੰ ਅਸੀਂ ਮਿਲੇ ਉਹਨਾਂ ਨੇ ਸਾਡੀਆਂ ਆਰਤੀਆਂ ਉਤਾਰੀਆਂ ਨੇ, ਕਬੀਰ ਸਾਹਿਬ ਜੀ, ਰਵਿਦਾਸ ਜੀ, ਸੈਨ ਭਗਤ ਜੀ, ਉਹਨਾਂ ਨੇ ਸਾਡੀ ਆਰਤੀ ਕੀਤੀ। ਜਿਹੜੀ ਜਿਹੜੀ ਵਸਤੂ ਦੀ ਉਹਨਾਂ ਭਗਤਾਂ ਨੂੰ ਲੋੜ ਮਹਿਸੂਸ ਕੀਤੀ ਉਹਨਾਂ ਨੇ ਮੰਗੇ। ਕਬੀਰ ਸਾਹਿਬ ਨੇ ਕਿਹਾ ਸੀ ਦੋਏ ਸੇਰ ਮੰਗੋ ਚੂਨਾ ਪਾਓ ਘਿਓ ਸੰਘ ਲੂਨਾ, ਦਸੇਰ ਮੰਗੋ ਦਾਲੇ ਮੌਕਾ ਦੋਨੋਂ ਵਕਤ ਜਵਾਲੇ, ਖਾਟ ਮੰਗਾਉਂ ਚੌਪਾਈ ਸਿਰਹਾਨਾ ਅਵਰਤ ਲਾਏ।
ਤੁਸੀਂ ਦੱਸੋ ਤੂੰ ਸਾਡੀ ਕੋਈ ਆਰਤੀ ਉਤਾਰ ਹੈ, ਨਾਲੇ ਦੱਸ ਵੀ ਤੇਰੀ ਮੰਗ ਕੀ ਹੈ। ਕਿਆ ਮਹਾਰਾਜ ਅਸੀਂ ਸਿੱਧੇ ਸਾਧੇ ਲੋਕ ਜ਼ਿਮੀਂਦਾਰੀ ਦਾ ਕੰਮ ਕਰਨ ਵਾਲੇ, ਸਾਨੂੰ ਆਰਤੀ ਨਹੀਂ ਕਰਨੀ ਆਉਂਦੀ, ਸਾਡਾ ਤਾਂ ਆਰਤਾ ਹੀ ਹੁੰਦਾ ਹੈ। ਉਸ ਵੇਲੇ ਕਿਹਾ ਚੰਗਾ ਤੂੰ ਸਾਡਾ ਆਰਤਾ ਉਤਾਰ ਹੈ। ਫਿਰ ਉਹ ਆਰਤਾ ਉਤਾਰਦਿਆਂ ਹੋਇਆਂ ਮੰਗ ਹੁੰਦੀ ਹੈ, ਕਹਿਣ ਕੇ ਮਹਾਰਾਜ ਮੇਰੀ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ, ਵੀ ਅੱਧਾ ਕਿਲੋ ਘਿਓ ਦੇ ਦਿਓ, ਪਾਈਆ ਫਲਾਣੀ ਵਸਤੂ ਦੇ ਦਿਓ, ਦੋ ਕਿਲੋ ਆਟਾ ਦੇ ਦਿਓ। ਜ਼ਿਮੀਂਦਾਰ ਕਿਸੇ ਵੇਲੇ ਹਨੇਰੇ ਸਵੇਰੇ ਚਾਰ ਪ੍ਰਾਹੁਣੇ ਆ ਜਾਣ ਅਤੇ ਘਰ 'ਚ ਰਸਤ ਨਾ ਹੋਵੇ, ਮੈਂ ਫਿਰ ਤੁਹਾਡੇ ਕੋਲੋਂ ਵਾਰ ਵਾਰ ਮੰਗਾਂ, ਇਹ ਗੱਲ ਨਹੀਂ। ਜਿੰਨਾ ਮਰਜ਼ੀ ਹੋਵੇਗੀ ਨਾ ਉਹਨਾਂ ਮੰਗਾਂਗਾ। ਅਤੇ ਉਹਨਾਂ ਨੇ ਆਰਤਾ ਉਤਾਰਿਆ। ਧਨਾਸਰੀ ਰਾਗ ਦਾ ਸਮਾਪਤੀ ਦਾ ਸ਼ਬਦ ਹੈ, ਗੋਪਾਲ ਤੇਰਾ ਆਰਤਾ ਹੈ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸੋ ਵਾਰਤਾ ਹੈ, ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਜਿੰਨਾ ਮੇਰੀ ਖੁਸ਼ੀ ਹੋਵੇਗੀ ਨਾ ਉਹਨਾਂ ਸਮਾਨ ਲੈਣਾ, ਤੋਲ ਕੇ ਨਹੀਂ ਲੈਣਾ। ਪਰੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੇ, ਘਰ ਕੀ ਗੀ ਹਨ ਚੰਗੀ, ਜਨ ਧੰਨਾ ਲੇਵੈ ਮੰਗੇ। ਇਹ ਪਰਮੇਸ਼ਰ ਦਾ ਆਰਤਾ ਉਤਾਰਿਆ ਸੀ। ਆਸਾ ਰਾਗ ਦੇ ਅੰਦਰ ਵੀ ਤਿੰਨ ਸ਼ਬਦ ਉਹਨਾਂ ਦੇ ਆਉਂਦੇ ਨੇ, ਭ੍ਰਮਤ ਫਿਰਤ ਬਹੁ ਜਨਮ ਬੇਲਾਨੇ, ਤਨ ਮਨ ਤਨ ਨਹੀਂ ਧੀਰੇ। ਦੂਸਰਾ ਸ਼ਬਦ ਉਹਨਾਂ ਦਾ ਗੋਬਿੰਦ ਗੋਬਿੰਦ ਗੋਬਿੰਦ, ਸੰਗ ਨਾਮ ਦਿਓ ਮਨ ਲੀਣੈ, ਆੜ ਦਾਮ ਕੋ ਸ਼ੀਪਰ ਹੋਇਓ ਲਾਖੀਣੈ, ਬੁੰਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰੈ, ਨੀਚ ਕੁਲਾ ਜੁਲਾਹਰਾ ਭਯੋ ਗੁਣੀ ਗਹੀਰੈ, ਰਵਿਦਾਸ ਢੁਵੰਤਾ ਟਹੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸਨ ਪਾਇਆ, ਸੈਨ ਨਾਈ ਬੁੱਤਕਾਰੀਆ ਉਹ ਕਰ ਕਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੋਸਾਈਆਂ ਧੰਨਾ ਵੱਡ ਭਾਗੈ। ਬਤੰਡਾਵਾਦੀ ਕੋਈ ਲੋਕ ਐਸੇ ਆ ਗਏ ਸਨ। ਇੱਕ ਸ਼ਬਦ ਫਿਰ ਉਹਨਾਂ ਦੇ ਪ੍ਰਥਾਏ ਵੀ ਫਰਮਾਇਆ, ਅਰੇਚਿਤ ਚੇਤ ਸਕੀ ਨਾ ਦਿਆਲ ਦਮੋਦਰ ਹੈ, ਬਿਬਹਿ ਨਾ ਜਾਨ ਸਕੋਈ, ਜੇ ਧਾਵ ਹੈ ਬ੍ਰਹਿਮੰਡ ਖੰਡ ਕਹੋ, ਕਰਤਾ ਕਰੇ ਸੋ ਹੋਏ, ਜਨਨੀ ਕੇਰੇ ਉਦਰ ਉਦਕ ਮਹਿ ਪੇਂਟ ਕੀਆ ਦਾਸ ਦੁਆਰਾ, ਦੇ ਆਹਾਰ ਅਗਨ ਮਹਿ ਰਾਖੈ, ਐਸਾ ਖਸਮ ਹਮਾਰੈ, ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਕੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੇ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੇ। ਐਸੇ ਗੁਰੂ ਕੇ ਪਿਆਰੇ ਭਗਤ ਜਨ ਸੰਸਾਰ ਦੇ ਅੰਦਰ ਹੈ, ਵਾਹਿਗੁਰੂ ਦੀ ਭਗਤੀ ਦੇ ਪ੍ਰੈਣ ਹੋ ਕੇ ਪਰਮੇਸ਼ਰ ਦੇ ਜਦੋਂ ਗੁਣ ਗਾਏ ਔਰ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਸੇ ਪਿਆਰੇ ਭਗਤਾਂ ਦੇ ਕਹੇ ਹੋਏ ਪਵਿੱਤਰ ਬੋਲ ਬਚਨ ਧੁਰ ਕੀ ਬਾਣੀ ਚੰਕਤ ਕੀਤੇ ਹਨ। ਐਸੇ ਗੁਰੂ ਕੇ ਪਿਆਰੇ ਭਗਤ ਧੰਨਾ ਜੀ, ਜਿਨ੍ਹਾਂ ਦਾ ਜਨਮ ਦਿਨ ਅੱਜ ਮਨਾਇਆ ਜਾ ਰਿਹਾ, ਹੁਕਮ ਹੋਇਆ ਸੀ ਸੱਤੇ ਬਲਵੰਡੇ ਦੀ ਵਾਰ ਕਥਾ ਵਾਸਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦਾ ਆਉਣ ਵਾਲੇ ਦਿਨਾਂ 'ਚ ਆਪਾਂ ਅਵਤਾਰ ਪੁਰਬ ਮਨਾਉਣਾ ਹੈ, 1620 ਵਿਸਾਖ ਵਾਲੀ ਸੱਤ ਸ੍ਰੀ ਗੋਇੰਦਵਾਲ ਦੀ ਪਵਿੱਤਰ ਧਰਤੀ ਜਿੱਥੇ ਸਤਿਗੁਰੂ ਅਰਜਨ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ, ਗੁਰਤਾ ਗੱਦੀ ਦੇ ਮਾਲਕ ਬਾਣੀ ਚੋ ਜੀ ਪ੍ਰੀਤਮ ਹੈ, ਅੰਮ੍ਰਿਤਸਰ ਸਾਹਿਬ ਤੀਰਥ ਅਸਥਾਨ ਸਤਿਗੁਰੂ ਜੀ ਨੇ ਕਿਰਪਾ ਕਰਕੇ ਰਚਿਆ ਹੈ। 1600
ਇਸੇ ਤਰ੍ਹਾਂ 43 ਵਿੱਚ ਪਹਿਲਾ ਸਰੋਵਰ ਦਾ ਟੱਕ ਲਾਇਆ ਸੀ ਅੰਮ੍ਰਿਤਸਰ ਸਾਹਿਬ ਹੈ, ਜਿਹਨੂੰ ਸੰਤੋਖਸਰ ਸਾਹਿਬ ਦਾ ਸਰੋਵਰ ਆਪਾਂ ਕਹਿੰਦੇ ਹਾਂ। ਪਹਿਲਾ ਟੱਕ ਸਰੋਵਰ ਦਾ ਲਾ ਕੇ ਸੇਵਾ ਆਰੰਭ ਕਰਵਾਏ। ਮਾਘ ਦੀ ਸੰਗਰਾਂਦ 1645 ਨੂੰ ਬਿਕਰਮੀ ਨੂੰ ਸਤਿਗੁਰੂ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਦਾ ਟੱਕ ਲਾਇਆ। ਕੱਚਾ ਤਾਲ ਸੀ, ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਖੁਦਾਈ ਕਰਵਾਏ। 17 ਫੁੱਟ ਉਹਦੀ ਡੂੰਘਾਈ ਸਰੋਵਰ ਦੀ, 500 ਫੁੱਟ ਲੰਬਾਈ ਅਤੇ 490 ਫੁੱਟ ਦੀ ਚੌੜਾਈ। ਗਰੀਬ ਨਿਵਾਜ ਨੇ ਉਹ ਕਿਰਪਾ ਕਰਕੇ ਸਰੋਵਰ ਦੀ ਖੁਦਾਈ ਕਰਵਾਏ। 240 ਫੁੱਟ ਲੰਬਾ ਪੁਲ ਬੰਨਿਆ, 21 ਫੁੱਟ ਉਹਦੀ ਚੌੜਾਈ ਰੱਖੀ ਹੈ। 66x66 ਫੁੱਟ ਦਾ ਥੜਾ ਤਿਆਰ ਕੀਤਾ, 13x13 ਫੁੱਟ ਦੀ ਛੋਟੀ ਪਰਿਕਰਮਾ ਵਿੱਚ ਰੱਖ ਕੇ ਐਨ ਮੱਧ ਭਾਗ ਵਿੱਚ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ ਹੈ, ਜਿਸ ਵਰਗਾ ਦੁਨੀਆ 'ਚ ਹੋਰ ਕੋਈ ਤੀਰਥ ਨਹੀਂ। ਕੋਈ ਇੱਕ ਅੱਧਾ ਹੋਰ ਹੁੰਦਾ ਨਾ, ਧੰਨ ਗੁਰੂ ਅਰਜਨ ਸਾਹਿਬ ਜੀ ਕਦੇ ਸ਼ਬਦ ਨਾ ਵਰਤਦੇ ਵੀ ਡਿੱਠੇ ਸਭੇ ਥਾਵ ਨਹੀਂ ਤੁਦ ਜਿਹੇ ਹੈ। ਉਸ ਪਾਵਨ ਤੀਰਥ ਅਸਥਾਨ ਵਰਗਾ ਕੋਈ ਤੀਰਥ ਅਸਥਾਨ ਨਹੀਂ। 11 ਸਾਲ ਮੈਨੂੰ ਵੀ ਗੁਰੂ ਰਾਮਦਾਸ ਨੇ ਸੇਵਾ ਦਾ ਸੁਭਾਗ ਬਖਸ਼ਿਆ, ਦਾਤੇ ਦੀ ਰੱਜ ਰੱਜ ਕੇ ਸੇਵਾ ਕੀਤੇ, ਸਤਿਗੁਰੂ ਨੇ ਰਹਿਮਤਾਂ ਬਖਸ਼ਾਂ ਵਰਤਾਈਆਂ। ਐਸਾ ਪਾਵਨ ਪਵਿੱਤਰ ਅਸਥਾਨ ਹੈ। 23 ਫੁੱਟ ਦੀ ਪਹਿਲੋਂ ਨਿੱਕੀ ਇੱਟ ਦੀ ਪਰਿਕਰਮਾ ਹੁੰਦੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 21 ਫੁੱਟ ਹੋਰ ਚੌੜਾ ਪਰਿਕਰਮਾ ਕਰਵਾਈਆਂ। 12x12 ਫੁੱਟ ਦਾ ਬਰਾਂਡਾ ਚੁਫੇਰੇ, 56 ਫੁੱਟ ਦੀ ਹੁਣ ਸਾਰੀ ਚੌੜਾਈ ਹੈ ਬਰਾਂਡੇ ਤੋਂ ਲੈ ਕੇ ਸਰੋਵਰ ਤੱਕ ਪਰਿਕਰਮਾ ਦੇ। ਦੁਨੀਆ ਦੇ ਜਿੰਨੇ ਤੀਰਥ ਨੇ ਨਾ, 2-4 ਪੌੜੀਆਂ ਤਾਂ ਜਾਣਾ ਪੈਂਦਾ ਹੈ। ਇੱਕ ਹਰਿਮੰਦਰ ਸਾਹਿਬ ਐਸਾ ਪਵਿੱਤਰ ਅਸਥਾਨ ਹੈ, ਘੰਟੇ ਘਰ ਵਾਲੇ ਬੰਨਿਓ ਜਦੋਂ ਆਪਾਂ ਉਤਰਦੇ ਹਾਂ, ਸਾਈਡਾਂ ਦੇ 14-14 ਪੌਡੇ ਨੇ, ਵਿਚਾਲੇ 18 ਪੌਡੇ ਨੇ। ਪਰ ਇਹ ਭੂਰੀ ਵਾਲੇ ਸੰਤਾਂ ਨੇ ਜਿਹੜੀ ਪਰਲੇ ਬੰਨੇ ਦੀ ਡਿਓੜੀ ਬਣਾਈ, ਆਟਾ ਮੰਡੀ ਡਿਓੜੀ, ਉਹਦੇ 17 ਪੌਡੇ ਨੇ, ਸਾਈਡਾਂ ਦੇ 14-14 ਪੌਡੇ ਨੇ। ਥੱਲੇ ਉੱਤਰ ਕੇ ਜਾਈਦਾ ਵੀ ਸਿੱਖਾਂ ਨਿਮਰਤਾ ਵਿੱਚੋਂ ਹੀ ਸਭ ਕੁਝ ਮਿਲੇਗਾ। ਜੇ ਹਰੀ ਨੂੰ ਮਿਲਣਾ ਨਾ, ਹਰੀ ਦੇ ਮੰਦਰ ਵਿੱਚ ਜਾਣਾ ਤਾਂ ਫਿਰ ਨੀਵਾਂ ਹੋ। ਗੁਰਮਤਿ ਹਰਿਦੈ ਗਰੀਬੀ ਆਵੇ ਵਾਲਾ ਸੁਭਾਅ ਬਣਾ। ਉਸ ਪਾਵਨ ਪਵਿੱਤਰ ਅਸਥਾਨ 'ਤੇ ਸਤਿਗੁਰੂ ਗਰੀਬ ਨਿਵਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਸਨ। ਕੀਰਤਨ ਦੀ ਮਾਣ ਮਰਿਆਦਾ ਸਤਿਗੁਰੂ ਗਰੀਬ ਨਿਵਾਜ ਸੇ ਕੀਰਤਨ ਕਰਿਆ ਕਰਦੇ। ਭਾਈ ਸੱਤਾ ਇਹ ਸਤਿਗੁਰੂ ਗਰੀਬ ਨਿਵਾਜ ਦੀ ਵਡਿਆਈ ਸੁਣ ਕੇ ਪੂਰਬ ਦੇਸ਼ ਦੇ ਰਹਿਣ ਵਾਲੇ ਸੀ, ਸੱਤਾ 'ਤੇ ਬਲਵੰਡ ਹੈ, ਪੂਰਬ ਦੇਸ਼ ਦੇ ਰਹਿਣ ਵਾਲੇ ਸੀ, ਕੀਰਤਨ ਦੇ ਬੜੇ ਕੀ ਵਿਦਵਾਨ ਸਨ, ਪਰ ਕਿਤੇ ਵੀ ਰੁਜ਼ਗਾਰ ਨਹੀਂ ਮਿਲ ਸਕਿਆ। ਰੁਜ਼ਗਾਰ ਦੀ ਪਹਾੜ ਵਿੱਚ ਅੰਮ੍ਰਿਤਸਰ ਸਾਹਿਬ ਆ ਗਿਆ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਆਇਆ, ਮਹਾਰਾਜ ਕਿਰਪਾ ਕਰੋ ਮੈਨੂੰ ਇੱਥੇ ਸੇਵਾ 'ਚ ਲਾ ਲਓ। ਸਤਿਗੁਰੂ ਕਹਿੰਦੇ ਕੀਰਤਨ ਕਰ ਲੈਂਦਾ? ਹਾਂ ਮਹਾਰਾਜ ਕਰ ਲੈਂਦਾ। ਸਤਿਗੁਰੂ ਕਹਿੰਦੇ ਕੀਰਤਨ ਕਰਿਆ ਕਰ। ਕੀਰਤਨ ਕਰਿਆ ਕਰੇ, ਬੜਾ ਭਾਰੀ ਆਨੰਦ ਬਣਿਆ ਕਰੇ, ਸਤਿਗੁਰੂ ਸੰਗਤਾਂ ਜੁੜ ਕੇ ਸੁਣਿਆ ਕਰਨਾ। ਇਹਦਾ ਭਰਾ ਸੀ ਬਲਵੰਡ, ਉਹ ਵੀ ਸਹਿਜੇ ਸਹਿਜੇ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਕੋਲ ਆ ਗਿਆ। ਸਤਿਗੁਰੂ ਨੇ ਉਹਨੂੰ ਵੀ ਰੱਖ ਲਿਆ, ਦੋਵੇਂ ਭਰਾ ਹੀ ਜੋਟੀਆਂ 'ਚ ਦੋਵੇਂ ਰਲ ਕੇ ਕੀਰਤਨ ਦੀ ਸੇਵਾ ਕਰਿਆ ਕਰਦੇ, ਔਰ ਸੰਗਤਾਂ ਬੜਾ ਸਤਿਕਾਰ ਪਿਆਰ ਕਰਿਆ ਕਰਨਾ। ਜਿੱਥੇ ਭਾਈ ਸਾਧੋ ਜੀ ਦੀ ਧਰਮਸ਼ਾਲਾ ਬਣੀ ਹੋਈ ਹੈ ਅੰਮ੍ਰਿਤਸਰ ਸਾਹਿਬ, ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਕਈਆਂ ਨੇ, ਉਹਦੇ ਨੇੜੇ ਹੀ ਖਾਲਸਾ ਜੀ ਇਹਨਾਂ ਦਾ ਘਰ ਸੰਗਤਾਂ ਨੇ ਬਣਾ ਕੇ ਦਿੱਤਾ ਹੈ ਕਿ ਇਹ ਗੁਰੂ ਘਰ ਦੇ ਕੀਰਤਨੀਏ ਨੇ। ਲਾਗੇ ਖੂਹ ਸੀ, ਪਾਣੀ ਦਾ ਵਰਤੋਂ ਦਾ ਸੁਖਾਲਾ ਸਾਧਨ ਸੀ, ਉੱਥੇ ਇਹਨਾਂ ਦਾ ਘਰ ਸੀ। ਸਮਾਂ ਚਾਲੇ ਚੱਲਦਾ ਰਿਹਾ ਅਤੇ ਕੀਰਤਨ ਦੀ ਸੇਵਾ ਕਰਦੇ ਰਹੇ। ਇਹਨਾਂ ਦੀ ਛੋਟੀ ਭੈਣ ਸੀ ਜਿਹੜੀ ਪੁੱਤਰਾਂ ਤਰ੍ਹਾਂ ਇਹਨਾਂ ਬੱਚੀਆਂ ਤਰ੍ਹਾਂ ਪਾਲੀ ਸੀ, ਉਹਦਾ ਵਿਆਹ ਕਰਨਾ ਨੀਅਤ ਕਰ ਦਿੱਤਾ ਹੈ। ਸਤਿਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਬਾਕੀ ਤਾਂ ਗੁਜ਼ਾਰਾ ਤੁਸੀਂ ਚਲਾਈ ਜਾਂਦੇ ਹੋ, ਪਰ ਸਾਡੀ ਭੈਣ ਹੈ ਛੋਟੀ ਜਿਹੜੀ ਅਸੀਂ ਬੱਚੀਆਂ ਤਰ੍ਹਾਂ ਪਾਲੀ ਹੈ,
ਉਹਦਾ ਵਿਆਹ ਕਰਨਾ ਹੈ ਅਤੇ ਉਹਦੇ ਵਾਸਤੇ ਸਾਨੂੰ ਮਾਇਆ ਚਾਹੀਦੀ ਹੈ। ਸਤਿਗੁਰੂ ਕਹਿਣਗੇ ਭਾਈ ਗੁਰੂ ਘਰ ਦੇ ਕੀਰਤਨੀਏ ਹੋ, ਜਿੰਨੀ ਮਾਇਆ ਚਾਹੀਦੀ ਹੈ ਲੋੜ ਹੈ ਦੱਸ ਦਿਓ, ਖਜ਼ਾਨਚੀ ਨੂੰ ਕਹਿ ਕੇ ਤੁਹਾਨੂੰ ਦਵਾ ਦਿਆਂਗੇ। ਕਹਿੰਦੇ ਮਹਾਰਾਜ ਇਉਂ ਨਹੀਂ ਅਸੀਂ ਲੈਂਦੇ। ਸਤਿਗੁਰੂ ਕਹਿਣਗੇ ਕਿਵੇਂ ਲਾਓਗੇ? ਕਹਿੰਦੇ ਵਿਸਾਖੀ ਦਾ ਪੁਰਬ ਆ ਰਿਹਾ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਜਿੰਨਾ ਚੜਾਵਾ ਸਾਰੇ ਦਿਨ ਦਾ ਚੜ੍ਹੇ ਉਹ ਚੜਾਵਾ ਸਾਨੂੰ ਦੇ ਦਿੱਤਾ ਜਾਵੇ। ਸਤਿਗੁਰੂ ਕਹਿਣਗੇ ਬਾਣ ਨਾ ਬੰਨੋ, ਘਰੇ ਸੰਗਤ ਜ਼ਿਆਦਾ ਆਉਂਦੀ ਹੈ ਘਰੇ ਥੋੜ੍ਹੀ ਆਉਂਦੀ ਹੈ, ਤੁਹਾਨੂੰ ਜਿੰਨਾ ਪੈਸਾ ਚਾਹੀਦਾ ਹੈ ਵਿਆਹ ਵਾਸਤੇ ਅਸੀਂ ਦੇ ਦਿੰਦੇ ਹਾਂ, ਇਸ ਬਾਣ ਦੀ ਕੋਈ ਜ਼ਰੂਰਤ ਨਹੀਂ, ਵੀ ਚੜਾਵਾ ਹੀ ਸਾਨੂੰ ਦਿਓ। ਇਹ ਕਹਿ ਕੇ ਮਹਾਰਾਜ ਉਹ ਨਹੀਂ ਅਸੀਂ ਲੈਣਾ, ਸਾਨੂੰ ਤਾਂ ਵਿਸਾਖੀ ਵਾਲੇ ਦਿਨ ਦਾ ਨਾ ਚੜਾਵਾ ਚਾਹੀਦਾ ਸਾਰੇ ਦਿਨ ਦਾ। ਸਤਿਗੁਰੂ ਕਹਿਣਗੇ ਚੰਗਾ ਤੁਹਾਡੀ ਮਰਜ਼ੀ, ਵਿਸਾਖੀ ਵਾਲਾ ਦਿਨ ਸੰਗਰਾਂਦ ਦਾ ਆਇਆ, ਇਹ ਸਾਰਾ ਦਿਨ ਕੀਰਤਨ ਹੁੰਦੇ ਰਹੇ, ਇਹ ਕਰਦੇ ਰਹੇ। ਕੁਦਰਤੀ ਤੌਰ ਬੱਦਲ ਪੈਣ ਲੱਗ ਪਿਆ, ਮੀਂਹ ਅਤੇ ਸੰਗਤ ਬੜੀ ਘੱਟ ਆਈ। ਜਦੋਂ ਸ਼ਾਮ ਪਈ ਨਾ ਸਮਾਪਤੀ ਹੋਈ ਦੀਵਾਨ ਦੀ, ਸਿੱਖਾਂ ਨੇ ਪੈਸੇ ਗਿਣ ਕੇ ਸਤਿਗੁਰਾਂ ਨੂੰ ਫੜਾਏ ਅਤੇ ਸਤਿਗੁਰਾਂ ਨੇ ਫੜ ਕੇ ਕਹਿਣਗੇ ਲਓ ਭਾਈ ਜੇ ਭੇਟਾ ਚਾਹੁੰਦੇ ਹੋ, ਚੜਾਵਾ ਚਾਹੁੰਦੇ ਹੋ ਇੱਕ ਦਿਨ ਦਾ, ਅਤੇ ਆਹ ਲੈ ਲਓ। ਉਹ ਸੀ 100 ਰੁਪਈਆ ਉਸ ਸਮੇਂ ਦਾ, ਉੱਥੇ ਹੀ ਸਿੱਟ ਕੇ ਘਰ ਨੂੰ ਭੱਜ ਗਏ। ਅਗਲਾ ਦਿਨ ਹੋਇਆ ਕੀਰਤਨ ਕਰਨ ਵਾਸਤੇ ਨਹੀਂ ਆਏ, ਸੰਗਤ ਉਡੀਕ ਰਹੀ ਹੈ, ਸਤਿਗੁਰੂ ਉਡੀਕ ਰਹੇ ਨੇ, ਇਹ ਕੀਰਤਨ ਸੁਣਾਉਣ ਵਾਸਤੇ ਨਹੀਂ ਆਏ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖ ਨੂੰ ਭੇਜਿਆ ਔਰ ਗਰੀਬ ਨਵਾਜ ਨੇ ਆਗਿਆ ਕੀਤੀ ਜਾਓ ਬੁਲਾ ਕੇ ਲਿਆਓ। ਜਵਾਬ ਦਿੱਤਾ ਵੀ ਬੜਾ ਕੀਰਤਨ ਕੀਤਾ, ਥੋੜ੍ਹਾ ਕੀਰਤਨ ਕੀਤਾ, ਕੀ ਮਿਲਿਆ ਕੀਰਤਨ ਕਰਕੇ, ਅਸੀਂ ਨਹੀਂ ਕੀਰਤਨ ਕਰਨ ਆਉਣਾ। ਬਾਬਾ ਬੁੱਢਾ ਸਾਹਿਬ ਜੀ ਆਪ ਚੱਲ ਕੇ ਗਏ ਕੀਰਤਨ ਵਾਸਤੇ, ਇਹੀ ਜਵਾਬ ਦਿੱਤਾ ਵੀ ਅਸੀਂ ਅੱਗੇ ਬੜਾ ਕੀਰਤਨ ਕੀਤਾ ਹੁਣ ਨਹੀਂ ਆਵਾਂਗੇ। ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਵਾਬ ਮਿਲਿਆ, ਕੀਰਤਨ ਦੇ ਰਸੀਏ ਧੰਨ ਗੁਰੂ ਅਰਜਨ ਦੇਵ ਜੀ ਆਪ ਚੱਲ ਪਏ, ਆਪ ਪਹੁੰਚੇ ਘਰ ਵਿੱਚ। ਏਡੇ ਖਾਲਸਾ ਜੀ ਹੰਕਾਰੇ ਹੋਏ, ਨਹੀਂ ਸਤਿਗੁਰਾਂ ਨੇ ਜੀਓ ਆਇਆ ਕਿਹਾ, ਨਹੀਂ ਮੰਜੇ ਤੋਂ ਉੱਠ ਕੇ ਸਤਿਕਾਰ ਮਾਣ ਕੀਤਾ। ਇਹਨਾਂ ਦੇ ਦਰਵਾਜ਼ੇ ਦੇ ਨਾਲ ਹੀ ਪਸ਼ੂ ਰੱਖਣ ਵਾਸਤੇ ਖੁਰਲੀ ਸੀ, ਪਸ਼ੂਆਂ ਨੂੰ ਪੱਠੇ ਪਾਉਣ ਵਾਲੀ, ਖੁਰਲੀ ਦੇ ਕੋਲ ਖਲੋਤੇ ਸਤਿਗੁਰੂ ਕਹਿ ਰਹੇ ਸਨ ਵੀ ਆਓ ਭਾਈ ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਅਤੇ ਚੱਲ ਕੇ ਕੀਰਤਨ ਸੁਣਾਓ। ਜਵਾਬ ਦਿੱਤਾ ਵੀ ਬੜਾ ਕੀਰਤਨ ਅੱਗੇ ਕਰ ਲਿਆ, ਅੱਗੇ ਸਾਨੂੰ ਕੀਰਤਨ ਦਾ ਕੀ ਮਿਲ ਗਿਆ, ਹੁਣ ਅਸੀਂ ਕੀਰਤਨ ਨਹੀਂ ਕਰਨ ਵਾਸਤੇ ਆਵਾਂਗੇ। ਅਸੀਂ ਕੀਰਤਨ ਕਰਦੇ ਹਾਂ ਅਤੇ ਸੰਗਤ ਜੁੜਦੀ ਹੈ, ਤੁਹਾਨੂੰ ਗੁਰੂ ਗੁਰੂ ਕਹਿੰਦੀ ਹੈ, ਜੇ ਅਸੀਂ ਕੀਰਤਨ ਨਾ ਕਰਨ ਆਈਏ ਤੁਹਾਡੀ ਕੋਈ ਪੂਜਾ ਨਾ ਕਰੇ ਤਾਂ ਤੁਹਾਨੂੰ ਗੁਰੂ ਕੌਣ ਜਾਣ ਕੇ ਪੂਜੇ, ਅਸੀਂ ਹੋਰ ਕਿਸੇ ਕੋਲ ਕੀਰਤਨ ਕਰ ਲਵਾਂਗੇ ਅਤੇ ਉਹਨੂੰ ਗੁਰੂ ਬਣਾ ਲਵਾਂਗੇ, ਸਾਡੇ ਕੀਰਤਨ ਦੇ ਕਾਰਨ ਕਰਕੇ ਤਾਂ ਸਾਰੇ ਲੋਕ ਜੁੜਦੇ ਨੇ ਅਤੇ ਤੁਹਾਨੂੰ ਗੁਰੂ ਜਾਣ ਕੇ ਪੂਜਦੇ ਨੇ। ਸਤਿਗੁਰੂ ਆਪਣੀ ਨਿੰਦਿਆ ਸੁਣਦੇ ਰਹੇ, ਕੋਈ ਕੌੜਾ ਵਾਕ ਨਹੀਂ ਬੋਲਿਆ। ਕਰਦਿਆਂ ਕਰਦਿਆਂ ਇੱਥੋਂ ਤੱਕ ਵੱਧ ਗਏ, ਤੁਹਾਡੇ ਵਡੇਰੇ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੇ ਨਾਲ ਸਾਡਾ ਭਾਈ ਮਰਦਾਨਾ ਕੀਰਤਨ ਕਰਦਾ ਰਿਹਾ, ਤਾਂ ਗੁਰੂ ਨਾਨਕ ਸਾਹਿਬ ਦੀ ਸਾਰੇ ਜਗਤ ਵਿੱਚ ਪੂਜਾ ਹੋਈ। ਜੇ ਸਾਡਾ ਭਾਈਚਾਰਾ ਕੀਰਤਨ ਨਾ ਕਰਦਾ ਮਰਦਾਨਾ, ਗੁਰੂ ਨਾਨਕ ਨੂੰ ਕਿੰਨੇ ਜਾਣਨਾ ਸੀ। ਗੁਰੂ ਨਾਨਕ ਦੀ ਪੂਜਾ ਇਸ ਕਰਕੇ ਸੰਸਾਰ ਵਿੱਚ ਹੈ ਕਿ ਭਾਈ ਮਰਦਾਨਾ ਕੀਰਤਨ ਕਰਦਾ ਰਿਹਾ। ਔਰ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਦੇ ਦਰਬਾਰ 'ਚ ਭਾਈ ਦਾਲਾ ਜੀ, ਭਾਈ ਦਾਨਾ ਜੀ ਵਰਗੇ ਕੀਰਤਨ ਕਰਦੇ ਰਹੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਹੈ। ਹੁਣ ਅਸੀਂ ਕੀਰਤਨ ਕਰਦੇ ਹਾਂ ਅਤੇ ਸੰਗਤ ਜੁੜਦੀ ਹੈ, ਹੁਣ ਅਸੀਂ ਕੀਰਤਨ ਨਹੀਂ ਕਰਾਂਗੇ। ਸਤਿਗੁਰੂ ਆਪਣੀ ਨਿੰਦਿਆ ਸੁਣਦੇ ਤਾਂ ਚੁੱਪ ਰਹੇ, ਜਦੋਂ ਵੱਡੇ ਗੁਰੂ ਸਾਹਿਬਾਂ ਨੇ ਨਿੰਦਿਆ ਕੀਤੀ ਨਹੀਂ ਬਰਦਾਸ਼ਤ ਹੋਏ, ਆਖਿਆ ਜਿਸ ਮੂੰਹ ਨਾਲ ਜਿਸ ਜ਼ੁਬਾਨ ਦੇ ਨਾਲ ਗੁਰੂ ਨਾਨਕ ਦੀ ਵੱਡੇ ਸਤਿਗੁਰੂ ਨੇ ਨਿੰਦਿਆ ਕਰਦੇ ਹੋ, ਇਹ ਜ਼ੁਬਾਨ ਬੋਲਣੋਂ ਬੰਦ ਹੋ ਜਾਵੇਗੀ, ਸੰਘੇ ਪੱਕ ਜਾਣਗੇ, ਕੋੜ ਹੋ ਜਾਵੇਗਾ। ਜਿਹੜਾ ਤੁਹਾਨੂੰ ਬਖਸ਼ਾਉਣ ਵਾਸਤੇ ਵੀ ਸਿੱਖ ਆਇਆ ਨਾ,
ਖੋਤੇ 'ਤੇ ਚੜਾ ਕੇ ਮੂੰਹ ਕਾਲਾ ਕਰਕੇ ਬਾਜ਼ਾਰ ਵਿੱਚ ਘੁਮਾਵਾਂਗੇ। ਕੋਈ ਇਹਨਾਂ ਨੂੰ ਮੂੰਹ ਨਾ ਲਾਵੇ, ਗੁਰੂ ਘਰ ਦੇ ਨਿੰਦਕ ਬਣ ਚੁੱਕੇ ਹਨ। ਸਤਿਗੁਰੂ ਵਾਪਸ ਮੁੜ ਕੇ ਆ ਗਏ। ਦੁੱਖ ਭੰਜਣ ਬੇਰ ਸਾਹਿਬ ਦੇ ਥੱਲੇ ਦੀਵਾਨ ਸਜਿਆ ਹੋਇਆ ਸੀ। ਸਤਿਗੁਰੂ ਕਹਿਣਗੇ, ਭਾਈ ਗੁਰਦਾਸ, ਭਾਈ ਬੁੱਢਾ ਸਾਹਿਬ ਜੀ, ਲਿਆਓ ਸਾਡਾ ਸਰੰਦਾ ਹੈ। ਆਪ ਸਰੰਦੇ ਨਾਲ ਕੀਰਤਨ ਕੀਤਾ ਮਾਲਕ ਸਤਿਗੁਰੂ ਜੀ ਨੇ, ਆਪ ਸਰੰਦੇ ਨਾਲ ਕੀਰਤਨ ਕੀਤਾ ਰਾਗੀ ਜਥੇ ਤੁਹਾਡੇ ਕੋਲ ਬੜੇ ਬੜੇ ਆਉਂਦੇ ਨੇ, ਉਹਨਾਂ ਨੂੰ ਕਦੇ ਪੁੱਛਿਓ ਤੇ ਜ਼ਰੂਰ ਦੱਸਣਗੇ। ਸਰੰਦੇ ਦਾ ਸਾਜ਼ ਪਹਿਲੋਂ ਨਹੀਂ ਸੀ ਹੁੰਦਾ। ਆਪ ਇਹ ਧਾਰਨਾ ਵੀ ਬੈਕੁੰਠ ਧਾਮ ਤੋਂ ਗੁਰੂ ਅਰਜਨ ਸਾਹਿਬ ਨੇ ਸਰੰਦਾ ਲਿਆਂਦਾ ਹੈ, ਸਰੰਦੇ ਦਾ ਸਾਜ ਗੁਰੂ ਅਰਜਨ ਸਾਹਿਬ ਨੇ ਸਥਾਪਿਤ ਕੀਤਾ, ਪਹਿਲੋਂ ਨਹੀਂ ਸੀ ਹੁੰਦਾ। ਆਪ ਸਰੰਦੇ ਨਾਲ ਕੀਰਤਨ ਕਰਦੇ ਸਤਿਗੁਰੂ ਜੀ। ਉਸ ਦਿਨ ਵੀ ਜਦੋਂ ਕੀਰਤਨ ਕੀਤਾ, ਸਤਿਗੁਰਾਂ ਨੇ ਬੜਾ ਆਨੰਦ ਬਣਿਆ, ਸੰਗਤ ਆਈ। ਮਹਾਰਾਜ ਸੱਤਾ ਬਲਵੰਡਾ ਕਿੱਥੇ ਚਲੇ ਗਏ? ਸਤਿਗੁਰੂ ਕਹਿਣਗੇ, ਹੰਕਾਰੇ ਗਏ ਨੇ, ਦੇਹਾਂ ਫਿੱਟ ਜਾਣਗੀਆਂ, ਜ਼ੁਬਾਨ ਰੁਕ ਜਾਵੇਗੀ। ਸਤਿਗੁਰ ਨੇ ਨਿੰਦਿਆ ਕਰਦੇ ਨੇ, ਕੁਝ ਦਿਨ ਹੋਏ ਤੇ ਜ਼ੁਬਾਨ ਪੱਕ ਗਈ, ਗਲੇ ਪੱਕ ਗਏ, ਸੰਗ ਖਰਾਬ ਹੋ ਗਏ, ਚਮੜੀ ਸਾਰੀ ਫੁੱਟਣ ਲੱਗ ਪਈ, ਸਰੀਰ ਸਾਰਾ ਫਿੱਟ ਗਿਆ। ਕੋਈ ਸਿੱਖ ਇਹਨਾਂ ਨੂੰ ਮੂੰਹ ਨਹੀਂ ਸੀ ਲਾਉਂਦਾ। ਲਾਹੌਰ ਖਾਲਸਾ ਜੀ ਗਏ, ਉੱਥੇ ਭਾਈ ਲੱਦਾ ਜੀ ਪਰਉਪਕਾਰੀ ਸਿੱਖ ਰਹਿੰਦਾ ਸੀ, ਉੱਥੇ ਚਲੇ ਗਏ। ਜਦੋਂ ਉਹਨੂੰ ਪਤਾ ਲੱਗਾ ਵੀ ਆ ਰਹੇ ਨੇ, ਦਰਵਾਜ਼ਾ ਬੰਦ ਕਰ ਲਿਆ, ਦਰਵਾਜ਼ੇ ਅੱਗੇ ਜਾ ਕੇ ਬੇਨਤੀ ਕੀਤੀ, ਸਿੱਖਾ ਅਸੀਂ ਸੁਣਿਆ ਸੀ ਵੀ ਗੁਰੂ ਕਾ ਸਿੱਖ ਭਾਈ ਲੱਦਾ ਬੜਾ ਪਰਉਪਕਾਰੀ ਹੈ, ਜੇ ਤੂੰ ਵੀ ਨਾ ਸਤਿਗੁਰਾਂ ਤੋਂ ਸਾਨੂੰ ਬਖਸ਼ਵਾਇਆ ਤੇ ਕੌਣ ਬਖਸ਼ਵਾਵੇਗਾ, ਸਾਡੀ ਬੇਨਤੀ ਪ੍ਰਵਾਨ ਕਰ ਤੇ ਦਰਵਾਜ਼ਾ ਖੋਲ। ਭਾਈ ਸਾਹਿਬ ਨੇ ਦਰਵਾਜ਼ਾ ਖੋਲ ਦਿੱਤਾ, ਘਰੇ ਵੜ ਗਏ, ਪੁੱਛਿਆ ਕੀ ਗੁਰੂ ਕਾ ਹੁਕਮ ਹੈ। ਸਤਿਗੁਰੂ ਗਰੀਬ ਨਿਵਾਜ ਦੀ ਨਿੰਦਿਆ ਕੀਤੀ ਤੇ ਸਤਿਗੁਰਾਂ ਨੇ ਕਿਹਾ ਸੀ ਗਲੇ ਪੱਕ ਜਾਣਗੇ, ਬੋਲ ਨਹੀਂ ਸਕੋਗੇ, ਜ਼ੁਬਾਨ ਦੇਹ ਫਿੱਟ ਜਾਵੇਗੇ। ਇਹ ਵੀ ਕਿਹਾ ਸੀ ਜਿਹੜਾ ਬਖਸ਼ਾਉਣ ਵਾਸਤੇ ਆਵੇਗਾ ਤਾਂ ਮੂੰਹ ਕਾਲਾ ਕਰਕੇ ਖੋਤੇ ਤੇ ਫੇਰਾਂਗੇ। ਭਾਈ ਸਾਹਿਬ ਜੀ ਕਹਿਣਗੇ, ਕੋਈ ਗੱਲ ਨਹੀਂ, ਰਾਤ ਠਹਿਰੋ। ਤੜਕਾ ਹੋਇਆ ਤੇ ਬਾਜ਼ਾਰ ਚੋਂ ਖੋਤਾ ਲੈ ਆਉਂਦਾ, ਮੂੰਹ ਕਾਲਾ ਕਰ ਲਿਆ ਤੇ ਸਾਰੇ ਲਾਹੌਰ ਦੇ ਬਾਜ਼ਾਰਾਂ ਚ ਪਹਿਲਾਂ ਫਿਰੇ, ਬੱਚੇ ਤਾੜੀਆਂ ਮਾਰਦੇ ਫਿਰਦੇ ਨੇ। ਮਗਰ ਅੰਮ੍ਰਿਤਸਰ ਸਾਹਿਬ ਆ ਗਏ ਤੇ ਇੱਥੇ ਫਿਰ ਘੁਮਿਆਰਾਂ ਤੋਂ ਖੋਤਾ ਲੈ ਲਿਆ, ਮੂੰਹ ਕਾਲਾ ਕਰ ਲਿਆ ਤੇ ਖੋਤੇ ਦੇ ਚੜੇ ਹੋਏ ਤਮਾਸ਼ਬੀਨ ਮਗਰ ਤਾੜੀਆਂ ਵਜਾਉਂਦੇ ਨੇ। ਜਦੋਂ ਮੰਜੀ ਸਾਹਿਬ ਦੀਵਾਨ ਅਸਥਾਨ ਦੇ ਨੇੜੇ ਪਹੁੰਚੇ, ਇੱਥੇ ਸ਼ੁਰੂ ਤੋਂ ਦੀਵਾਨ ਲੱਗਦੇ ਸੀ, ਤਾਂ ਹੀ ਗੁਰਦੁਆਰਾ ਮੰਜੀ ਸਾਹਿਬ ਹੈ। ਸਤਿਗੁਰੂ ਗਰੀਬ ਨਿਵਾਜ ਨੇ ਪੁੱਛਿਆ ਵੀ ਕਾਹਦਾ ਰੌਲਾ ਜਿਹਾ ਪੈਣ ਡਿਆ? ਕਹਿੰਦੇ, ਮਹਾਰਾਜ ਭਾਈ ਲੱਦਾ ਉਹਨਾਂ ਕੀਰਤਨੀਆਂ ਸੱਤੇ ਬਲਵੰਡੇ ਨੂੰ ਬਖਸ਼ਾਉਣ ਲਈ ਲੈ ਕੇ ਆ ਰਿਹਾ। ਸਤਿਗੁਰੂ ਗਰੀਬ ਨਿਵਾਜ ਉੱਥੇ ਅੱਗੇ ਵਧੇ, ਖੋਤੇ 'ਤੇ ਚੜਿਆ ਹੋਇਆ, ਮੂੰਹ ਕਾਲਾ ਕੀਤਾ ਹੋਇਆ ਭਾਈ ਲੱਦੇ ਦਾ, ਔਰ ਸਤਿਗੁਰਾਂ ਨੂੰ ਵੇਖ ਕੇ ਖੋਤੇ ਤੋਂ ਥੱਲੇ ਉੱਤਰ ਆਇਆ, ਚਰਨਾਂ 'ਤੇ ਸਿਰ ਰੱਖ ਦਿੱਤਾ, ਹੱਥ ਜੋੜੇ, ਗਰੀਬ ਨਿਵਾਜ ਮੈਂ ਬੇਨਤੀ ਫੇਰ ਕਰਨੀ ਹੈ। ਪਹਿਲੋਂ ਜੋ ਆਪ ਜੀ ਨੇ ਸਜ਼ਾ ਕਹੀ ਸੀ ਨਾ ਵੀ ਮੂੰਹ ਕਾਲਾ ਕਰਕੇ ਖੋਤੇ 'ਤੇ ਚੜ੍ਹਾ ਕੇ ਫੇਰਾਂਗੇ, ਉਹ ਮੈਂ ਆਪ ਜੀ ਦੇ ਬਚਨ ਨੂੰ ਪਹਿਰਾ ਦਿੱਤਾ, ਉਹ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਕਰ ਲਈ ਹੈ। ਜੇ ਹੋਰ ਕੋਈ ਸਜ਼ਾ ਦੇਣੀ ਹੈ ਨਾ ਤਾਂ ਮੈਨੂੰ ਹੁਕਮ ਕਰੋ, ਮੈਂ ਉਹ ਸਜ਼ਾ ਵੀ ਭੁਗਤ ਕੇ ਫੇਰ ਬੇਨਤੀ ਕਰਨੀ ਹੈ। ਸਤਿਗੁਰਾਂ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਭਾਈ ਲੱਦਿਆ ਜੋ ਕਿਹਾ ਸੀ ਬਚਨ ਤੋਂ ਪੂਰਾ ਮੰਨਿਆ ਹੈ, ਪਰ ਪਾਤਸ਼ਾਹ ਸੀ ਤਾਂ ਛਿਣ ਛਿਣ ਕਾਲ 'ਚ ਭੁੱਲਣ ਹਾਰੇ ਹੈ, ਤੁਸੀਂ ਸਰਬੱਗ ਹੋ, ਇਹ ਤੁਹਾਡੇ ਦਾਤਾ ਦਰ ਦੇ ਕੀਰਤਨੀਏ ਨੇ, ਇਹਨਾਂ ਕੀਰਤਨੀਆਂ ਦੀ ਭੁੱਲ ਨੂੰ ਮੁਆਫ ਕਰ ਦਿਓ, ਕਿਰਪਾ ਕਰੋ ਸੱਚੇ ਪਾਤਸ਼ਾਹ ਇਹਨਾਂ ਕੀਰਤਨ ਨਾਲ ਜੋੜ ਲਓ, ਦੇਹ ਅਰੋਗਤਾ ਦਾ ਦਾਨ ਬਖਸ਼ੋ ਤਾਂ ਕਿ ਤੁਹਾਡੇ ਦਰ 'ਤੇ ਇਹ ਕੀਰਤਨ ਦੀ ਸੇਵਾ ਕਰਦੇ ਨਿਭਾਉਂਦੇ ਰਹਿਣ। ਸਤਿਗੁਰੂ ਕਹਿਣਗੇ, ਭਾਈ ਲੱਦਿਆ ਸਾਡੀ ਨਿੰਦਿਆ ਕਰੀ ਗਿਆ ਸੀ, ਪ੍ਰਵਾਹ ਨਹੀਂ ਕੀਤੇ, ਪਰ ਜਦੋਂ ਵੱਡੇ ਗੁਰੂ ਸਾਹਿਬਾਂ ਨੇ ਨਿੰਦਿਆ ਕੀਤੀ ਸਾਥੋਂ ਜਰੀ ਨਹੀਂ ਗਏ, ਸੱਚੇ ਪਾਤਸ਼ਾਹ ਨੂੰ ਮੁਆਫ ਕਰ ਦੇਣਾ ਚਾਹੀਦਾ, ਕਿਰਪਾ ਕਰ ਦਿਓ ਜੀ, ਬੇਨਤੀ ਪ੍ਰਵਾਨ ਕਰ ਲਓ। ਸਤਿਗੁਰੂ ਕਹਿਣਗੇ, ਠੀਕ ਹੈ, ਸੱਚੇ ਪਾਤਸ਼ਾਹ ਨੂੰ ਤਾਂ ਬੋਲਿਆ ਨਹੀਂ ਜਾਂਦਾ। ਸਤਿਗੁਰੂ ਕਹਿਣਗੇ, ਦੁੱਖ ਭੰਜਣ ਬੇਰ ਸਾਹਿਬ ਥੱਲੇ ਇਸ਼ਨਾਨ ਕਰਕੇ ਆਉਣ,
ਔਰ ਫਿਰ ਇਸ਼ਨਾਨ ਕੀਤਾ ਅਤੇ ਫਿਰ ਜ਼ੁਬਾਨ ਚੱਲੇ। ਸਤਿਗੁਰੂ ਕਹਿਣਗੇ ਜਿਸ ਜ਼ੁਬਾਨ ਦੇ ਨਾਲ ਨਿੰਦਿਆ ਕੀਤੀ ਨਾ ਸਤਿਗੁਰਾਂ ਦੀ, ਉਸੇ ਜ਼ੁਬਾਨ ਨਾਲ ਉਸ ਤੱਕ ਵਡਿਆਈ ਕਰਨਾ। ਸਤਿਗੁਰੂ ਗਰੀਬ ਨਵਾਜ਼ ਦੇ ਹੁਕਮ ਦੀ ਪਾਲਣਾ ਕਰਦਿਆਂ ਸਤਿਗੁਰੂ ਨੇ ਕਿਰਪਾ ਕੀਤੀ। ਚਾਟੀ ਖਾਲਸਾ ਜੀ, ਇਹ ਸਤਿਗੁਰੂ ਦੀ ਉਸਤਤ ਦੇ ਬਚਨ ਹੈ। ਇਹ ਵਾਰ ਅੱਠ ਪੌੜੀਆਂ ਦੇ ਟਿੱਕੇ ਦੀ ਵਾਰ, ਮਹਾਂਪੁਰ ਕਿਹਾ ਕਰਦੇ ਸੀ ਅੱਜ ਵੀ ਕਿਸੇ ਰਿਕੋਰਡ ਵਰਗੀ ਬਿਮਾਰੀ ਹੋ ਜਾਵੇ, ਇਸ ਵਾਰ ਦਾ ਮੁੜ ਮੁੜ ਪਾਠ ਕਰੇ, ਸਤਿਗੁਰੂ ਤੰਦਰੁਸਤੀ ਦਾ ਜੀਵਨ ਅੱਜ ਵੀ ਪ੍ਰਦਾਨ ਕਰਦੇ ਨੇ। ਟਿੱਕੇ ਦੀ ਵਾਰ ਵੀ ਇਹਨੂੰ ਕਿਹਾ ਜਾਂਦਾ, ਅੱਠ ਪੌੜੀਆਂ ਦੀ ਇਹ ਵਾਰ ਹੈ। ਪਹਿਲੀਆਂ ਚਾਰ ਪੌੜੀਆਂ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਅੰਗਦ ਸਾਹਿਬ ਜੀ ਦੀ ਰਲਵੀਂ ਮਿਲਵੀਂ ਮਹਿਮਾ ਹੈ। ਪੰਜਵੀਂ ਪੌੜੀ ਵਿੱਚ ਗੁਰੂ ਅੰਗਦ ਸਾਹਿਬ ਦੀ ਵਡਿਆਈ ਹੈ। ਛੇਵੀਂ ਪੌੜੀ 'ਚ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਡਿਆਈ ਉਸਤਤ ਹੈ। ਸੱਤਵੀਂ 'ਚ ਸਤਿਗੁਰੂ ਰਾਮਦਾਸ ਮਹਾਰਾਜ ਦੇ। ਅੱਠਵੀਂ ਸਮਾਪਤੀ ਦੀ ਪੌੜੀ 'ਚ ਗੁਰੂ ਅਰਜਨ ਸਾਹਿਬ ਦੀ ਮਹਿਮਾ ਹੈ। ਉਸ ਵੇਲੇ ਭਾਈ ਸੱਤਾ ਬਲਵੰਡ ਹੈ, ਇਹ ਸਤਿਗੁਰੂ ਦੇ ਕੋਲ ਬੈਠੇ ਹੋਏ, ਔਰ ਗਰੀਬ ਨਵਾਜ਼ ਦੇ ਕੋਲ ਬੈਠ ਕੇ ਇਹ ਵਾਰ ਉਹਨਾਂ ਨੇ ਪੌੜੀਆਂ, ਇਹ 'ਚ ਕੋਈ ਸਲੋਕ ਜਾਂ ਮਹੱਲਾ ਜਾਂ ਪੌੜੀ ਜ਼ਿਕਰ ਨਹੀਂ, ਤਰਤੀਬਤਾ ਨਾਲ ਇਹ ਅੱਠ ਪੌੜੀਆਂ ਦੀ ਇਹ ਵਾਰ ਸਤਿਗੁਰੂ ਦੇ ਕੋਲ ਫਰਮਾਈ। ਰਾਮ ਕਲੀ ਦੀ ਤੀਸਰੀ ਵਾਰ, ਤੀਸਰੇ ਥਾਂ 'ਤੇ ਵਾਰ ਦੇ ਵਿੱਚ ਸਤਿਗੁਰੂ ਨੇ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਣਾ ਕੀਤੀ ਹੈ। ਔਰ ਸੱਤਾ ਪਲਵੰਡਾਂ ਨੇ ਜੋ ਸਤਿਗੁਰੂ ਸਿਰੋਂ ਕੋ ਦੇ ਰਹੇ ਨੇ, ਮਨ ਬਿਰਤੀਆਂ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ। ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਹ ਰਾਮ ਕਲੀ ਦੀ ਖਾਲਸਾ ਜੀ ਇਹ ਵਾਰ ਹੈ। ਰਾਏ ਬਲਵੰਡ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਲਵੰਡ ਨੂੰ ਇਹ ਖਿਤਾਬ ਦਿੱਤਾ ਹੋਇਆ ਸੀ ਰਾਏ ਦਾ। ਸਤਿਗੁਰੂ ਅਰਜਨ ਸਾਹਿਬ ਨੇ ਰਾਏ ਦਾ ਖਿਤਾਬ ਦਿੱਤਾ ਹੋਇਆ ਸੀ ਬਲਵੰਡ ਨੂੰ, ਤਾਂ ਇੱਥੇ ਰਾਏ ਬਲਵੰਡ ਹੈ। ਤਥਾ ਸੱਤੈ ਡੂਮ ਆਖੀ, ਸੱਤਾ ਸੀ ਨਾਲ, ਇਹ ਡੂਮ ਮਰਾਸੀ ਜਾਤ ਦੇ ਸਨ। ਔਰ ਇਹਨਾਂ ਦੀ ਭਾਸ਼ਾ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਡੂਮ ਮਰਾਸੀ ਜਾਤ ਦੀ ਭਾਸ਼ਾ ਵਿੱਚ ਇਹ ਸਤਿਗੁਰੂ ਗਰੀਬ ਨਵਾਜ਼ ਦੇ ਚਰਨਾਂ 'ਚ ਇਹਨਾਂ ਨੇ ਬੇਨਤੀ ਕੀਤੀ ਹੈ। ਔਰ ਬਲਵੰਡ ਰਾਜ ਅਤੇ ਸੱਤਾ ਜਿਹੜਾ ਹੈ, ਦੋਵੇਂ ਭਰਾ ਇਹ ਗੁਰੂ ਦੀ ਉਸਤਤ ਵਜੋਂ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਇਹ ਪਹਿਲੇ ਬਚਨ ਸ਼ੁਰੂ ਕੀਤੇ ਨੇ। ਅੱਗੇ ਹਜ਼ੂਰ ਸੱਚੇ ਪਾਤਸ਼ਾਹ ਬੀਜ ਮੰਤਰ ਫਰਮਾਉਂਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਓਅੰਕਾਰ ਜੋ ਖਾਲਸਾ ਜੀ ਰੱਖਿਆ ਸਹਾਇਤਾ ਕਰਨ ਯੋਗ ਹੈ। ਇੱਕ ਵਾਹਿਗੁਰੂ ਹੈ, ਦੂਈ ਦਵੈਤ ਤੋਂ ਰਹਿਤ ਹੈ, ਉਚਾਰਣੇ ਮਾਤਰ ਜੋ ਰੱਖਿਆ ਕਰਨ ਯੋਗ ਹੈ। ਓਅੰਕਾਰ ਦੇ ਸ਼ਬਦ ਦੀ ਧੁਨ ਦੁਆਰਾ ਹੀ ਬ੍ਰਹਮਾ ਸ਼ਿਵਜੀ ਵਿਸ਼ਨੂੰ ਇਹ ਪੈਦਾ ਕੀਤੇ ਹੋਏ ਨੇ। ਸੋ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਪਹਿ, ਓਅੰਕਾਰ ਵੇਦ ਨਿਰਮੈ। ਦਿਨ ਅਤੇ ਰਾਤ ਪਰਮੇਸ਼ਰ ਨੇ ਬਣਾਇਆ, ਉਹ ਵੀ ਓਅੰਕਾਰ ਦੀ ਧੁਨ ਦੁਆਰਾ ਹੈ। ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੇ, ਏਕ ਕਵਾਵੇ ਤੇ ਸਭ ਹੋਆ। ਇੱਕੋ ਹੀ ਕਵਾਓ ਜਿਹੜਾ ਬਚਨ ਕੀਤਾ ਨਾ ਸੰਸਾਰ ਦੀ ਰਚਨਾ ਦਾ, ਉਹ ਹੈ ਓਅੰਕਾਰ ਦੀ ਧੁਨ। ਪ੍ਰਥਮ ਹੈ ਓਅੰਕਾਰ ਧੁਨ ਕਹਾ, ਸੋ ਧੁਨ ਪੂਰ ਜਗਤਮੋ ਰਹਿ। ਸੋ ਉਸ ਧੁਨੀ ਦੁਆਰਾ ਇਸ ਸੰਸਾਰ ਦੀ ਰਚਨਾ ਰਚੀ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਤਨਾਮ ਸਤ ਦਾ ਹੈ, ਗੁਰ ਨਾਮ ਚੇਤਨ ਦਾ ਹੈ, ਪ੍ਰਸਾਦ ਨਾਮ ਆਨੰਦ ਦਾ ਹੈ। ਉਹ ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਗੁਰਬਾਣੀ 'ਚ ਚਾਰ ਪ੍ਰਕਾਰ ਦੇ ਮੰਗਲ ਸਤਿਗੁਰੂ ਨੇ ਵਰਤੇ ਨੇ। ਇਹ ਮੰਗਲਾਚਰਨ ਜਿਹੜੇ ਬਹੁਤ ਹੀ ਵਾਰੀ ਸਤਿਗੁਰੂ ਨੇ ਬਾਣੀ 'ਚ ਸ਼ਬਦਾਂ ਦੇ ਸਿਰਲੇਖ ਵਿੱਚ ਕਿਰਪਾ ਕਰਕੇ ਫਰਮਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, 524 ਵਾਰ ਇਹ ਗੁਰੂ ਗ੍ਰੰਥ ਸਾਹਿਬ 'ਚ ਸਤਿਗੁਰੂ ਨੇ ਅੰਕਿਤ ਕੀਤਾ ਹੈ। ਇੱਕ ਮੰਗਲਾਚਰਨ ਹੈ ਜਿਹੜਾ ਦੋ ਵਾਰ ਆਇਆ, ਕੇਵਲ ਦੋ ਵਾਰ ਹੈ, ਉਹ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਹੈ।
ਇਹ ਦੋ ਵਾਰੀ, ਇੱਕ ਵਾਰੀ ਤਾਂ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਹੈ, ਚੌਥੇ ਪਾਤਸ਼ਾਹ ਦੀ ਬਾਣੀ ਸ੍ਰੀ ਰਾਗ ਦੇ 81 ਅੰਗ ਦੇ ਉੱਪਰ ਹੈ। ਸਤਿਗੁਰੂ ਰਾਮਦਾਸ ਜੀ ਨੇ ਬਾਣੀ ਵਿੱਚ ਇਹ ਮੰਗਲ ਉਚਾਰਿਆ ਸੀ। ਸਤਿਗੁਰੂ ਅਰਜਨ ਸਾਹਿਬ ਜੀ ਨੇ ਖਾਲਸਾ ਜੀ ਫਿਰ ਚੌਜੀ ਪ੍ਰੀਤਮ ਨੇ ਇਹ ਵਿਆਹਗੜੇ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਘਰ ਦੁੱਖ ਨੀਂਦੜੀਏ ਪਰ ਸੰਤ ਪਗਾ ਜਦੋਂ ਸ਼ਬਦ ਉਚਾਰਿਆ ਉਸ ਵੇਲੇ ਵੀ ਇਹੀ ਮੰਗਲ ਕੀਤਾ ਸੀ। ਕੇਵਲ ਦੋ ਵਾਰ ਇਹ ਮੰਗਲਾਚਰਨ ਫਰਮਾਇਆ। ਤੀਸਰਾ ਮੰਗਲਾਚਰਨ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਹੈ, ਇਹ ਨੌ ਵਾਰੀ ਸਤਿਗੁਰੂ ਨੇ ਗੁਰਬਾਣੀ 'ਚ ਫਰਮਾਇਆ ਹੈ। ਪਹਿਲੀ ਵਾਰ 137 ਅੰਗ ਦੇ ਉੱਪਰ ਜਦੋਂ ਮਾਝ ਰਾਗ ਦੀ ਵਾਰ ਸ਼ੁਰੂ ਕੀਤੀ ਨਾ ਉਸ ਵੇਲੇ ਵੀ ਇਹੀ ਮੰਗਲਾਚਰਨ ਸਤਿਗੁਰਾਂ ਨੇ ਲਿਖਵਾਇਆ ਹੈ। ਦੋ ਵਾਰ ਗੌੜੀ ਰਾਗ ਦੇ ਵਿੱਚ ਸੰਤਾਂ ਵਿੱਚ, ਦੋ ਵਾਰ ਗੌੜੀ ਦੀਆਂ ਅਸ਼ਟਪਦੀਆਂ ਵਿੱਚ, ਚਾਰ ਤਿੰਨ ਵਾਰ ਗੌੜੀ ਰਾਗ ਦੀ ਭਗਤ ਬਾਣੀ ਦੇ ਅੰਦਰ ਹੈ, ਸੱਤ ਵਾਰੀ ਕੇਵਲ ਗੌੜੀ ਰਾਗ ਵਿੱਚ ਇਹ ਮੰਤਰ ਹਜ਼ੂਰ ਨੇ ਫਰਮਾਇਆ ਹੈ, ਅਤੇ ਸ੍ਰੀ ਰਾਗ ਜੈ ਜਿਹੜੀ ਮਾਝ ਦੀ ਵਾਰ ਹੈ ਉਹ ਅੱਠਵਾਂ, ਅਤੇ ਫਿਰ ਹਜ਼ੂਰ ਸੱਚੇ ਪਾਤਸ਼ਾਹ ਜੀ 855 ਅੰਗ ਦੇ ਉੱਪਰ ਜਦੋਂ ਬਿਲਾਵਲ ਦੀ ਭਗਤ ਬਾਣੀ ਲਿਖੀ ਨਾ, ਸ਼ਾਇਦ ਮੇਰੇ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਜੀ ਕਥਾ ਕਰਕੇ ਗਏ ਨੇ, ਉਹਨਾਂ ਨੇ ਭਗਤ ਬਾਣੀ ਦੀ ਕੀਤੀ ਹੈ। ਉਦੋਂ ਜਿਹੜੀ ਭਗਤ ਬਾਣੀ ਭਾਈ ਭਗਤ ਕਬੀਰ ਜੀ ਦੀ ਆਰੰਭ ਹੁੰਦੀ ਹੈ ਉਹ ਖਾਲਸਾ ਜੀ ਪਹਿਲੇ ਸ਼ਬਦ ਦੇ ਸਿਰਲੇਖ ਵਿੱਚ ਇਹ ਮੰਤਰ ਸਤਿਗੁਰੂ ਨੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਹੈ, ਇਹ ਹਜ਼ੂਰ ਨੇ ਨਾਮ ਹੀ ਵਾਰੀ ਉੱਥੇ ਫਰਮਾਇਆ, ਐਸੋ ਇਹੋ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ, ਸੂਧੇ ਸੂਧੇ ਰੇਗ ਚੱਲੋ ਕਮ ਨਾ ਤਰਕੋ ਧੱਕਾ ਦਵਈ ਹੈ ਰੇ, ਬਾਰੇ ਬੂਟੇ ਤਰਨੇ ਪਹੀਆ ਸਭ ਹੋ ਜਮ ਲੈ ਜਈ ਹੈ ਰੇ, ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਧਨਵੰਤਾ ਅਰਨਿਰ ਧਨ ਮੰਨਈ ਤਾਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬੇਡਾਨੀ ਰੇ, ਹਰ ਕੇ ਸੇਵਕ ਜੋ ਹਰ ਪਹਾਏ ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨ ਜਾਹਿ ਨ ਕਬਹੁ ਮਰਤੇ ਪਾਰ ਬ੍ਰਹਮ ਸੰਗਾਰੀ ਰੇ, ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜਹੁ ਜੀ ਜਾਨੀ ਰੇ, ਕਹਿਤ ਕਬੀਰ ਸੁਨਹੁ ਰੇ ਸੰਤਹੁ ਮਿਲਹਿ ਸਾਰਿੰਗ ਪਾਣੀ ਰੇ, ਇਹ ਬਚਨ ਹਜ਼ੂਰ ਨੇ ਫਰਮਾਇਆ ਸੀ ਭਗਤ ਰਸਨਾ ਦੁਆਰਾ। ਨਾਵੀਂ ਵਾਰੀ ਉਦੋਂ ਹਜ਼ੂਰ ਨੇ ਮੰਗਲਾਚਰਨੇ ਵਰਤਿਆ। ਚੌਥਾ ਮੰਗਲਾਚਰਨ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬੰ ਗੁਰਪ੍ਰਸਾਦ ਹੈ, ਜੇ ਜਪਜੀ ਸਾਹਿਬ ਵਾਲਾ ਪਾਲੀਏ ਤਾਂ 33 ਵਾਰ ਹੈ, ਅਤੇ ਜੇ ਜਪਜੀ ਸਾਹਿਬ ਤੋਂ ਬਗੈਰ ਗਿਣੀਏ ਤਾਂ 32 ਵਾਰ ਹਜ਼ੂਰ ਸੱਚੇ ਪਾਤਸ਼ਾਹ ਨੇ ਮੰਗਲਾਚਰਨ ਗੁਰਬਾਣੀ 'ਚ ਵਰਤਿਆ। ਜਦੋਂ 1410 ਅੰਗ 'ਤੇ ਵਾਰਾਂ ਵਧੀਖ ਦੀ ਬਾਣੀ ਸਤਿਗੁਰੂ ਨੇ ਲਿਖਵਾਈ ਹੈ ਉਦੋਂ ਇਹ ਮਹਾਂਮੰਤਰ ਹਜ਼ੂਰ ਨੇ ਕਿਰਪਾ ਕਰਕੇ ਸਮਾਪਤੀ ਦੀ ਵਾਰੀ 'ਤੇ ਇਹ ਲਿਖਾਉਣਾ ਕੀਤਾ, ਉਸ ਤੋਂ ਬਾਅਦ ਨਹੀਂ। ਸੋ ਇੱਥੇ ਹਜ਼ੂਰ ਜੋ ਮੰਗਲਾਚਰਨ ਵਰਤਿਆ 524 ਵਾਰੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਅੱਗੇ ਹਜ਼ੂਰ ਕਿਰਪਾ ਕਰਕੇ ਅੰਮ੍ਰਿਤਮਈ ਸਿੱਖਿਆ ਦਿੰਦੇ ਨੇ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਨਾਉ ਨਾਉ ਕਰਤਾ ਕਾਦਰ ਕਰੇ, ਧੰਨ ਗੁਰੂ ਸਤਿਗੁਰੂ ਗਰੀਬ ਨਿਵਾਜ ਦੇ ਪਾਸ ਬੈਠੇ ਭਾਈ ਸੱਤਾ ਬਲਵੰਡ ਬੇਨਤੀ ਕਰਦੇ ਨੇ, ਸਤਿਗੁਰੂ ਜੀ ਨਾਉ ਕਰਤਾ ਕਾਦਰ ਕਰੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਸਰੂਪ ਹਨ, ਜਿਨ੍ਹਾਂ ਦੇ ਨਾਮ ਨੂੰ ਕਾਦਰ ਨੇ ਨਾ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸਦਰਸੀ ਕਰ ਲੈਣਾ ਕੀਤਾ ਹੈ। ਜਿਸ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਕਾਦਰ ਕੁਦਰਤ ਦਾ ਮਾਲਕ ਵਾਹਿਗੁਰੂ ਉਸ ਕਰਤੇ ਨੇ ਆਪਣੇ ਸਦਰਸੀ ਕਰ ਲਿਆ, ਉਸ ਅਕਾਲ ਪੁਰਖ ਦਾ ਸਰੂਪ ਨੇ ਗੁਰੂ ਨਾਨਕ ਮਹਾਰਾਜ ਹੈ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਤਹਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਨਾਉ ਕਰਤਾ ਕਾਦਰ ਕਰੇ। ਕਾਦਰ ਕੁਦਰਤ ਦੇ ਮਾਲਕ ਕਰਤੇ ਵਾਹਿਗੁਰੂ ਨੇ ਜਿਨ੍ਹਾਂ ਦੇ ਨਾਮ ਨੂੰ ਆਪਣੇ ਸਦਰਸ਼ ਕਰ ਲੈਣਾ ਕੀਤਾ ਹੈ। ਕਿਉਂ ਬੋਲਾ ਹੋਵੇ, ਕਿਉਂ ਬੋਲਾ ਹੋਵੇ ਜੋ ਕੀ ਵਦੈ, ਉਹਨਾਂ ਦੇ ਜਿਹੜੇ ਬੋਲ ਬਚਣ ਦੇ ਨਾ ਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਨਿਕਲੇ ਹੋਏ, ਕਿਉਂ ਬੋਲ ਹੋਵੇ ਜੋ ਕੀ ਵਦੈ,
ਉਹ ਜੋਖੇ ਕਿਵੇਂ ਜਾ ਸਕਦੇ, ਹਾਰੇ ਕਿਵੇਂ ਜਾ ਸਕਦੇ ਹੈ, ਅੰਦਾਜ਼ੇ ਕਿਵੇਂ ਜਾ ਸਕਦੇ ਨੇ। ਜਿਹੜਾ ਬੋਲ ਰੂਪੀ ਤੀਰ ਚੱਲ ਗਿਆ ਨਾ, ਉਹ ਕਰੇ ਵਾਪਸ ਨਹੀਂ ਮੁੜਿਆ। ਜਿਹੜਾ ਬਚਨ ਰਸਨਾ ਤੋਂ ਨਿਕਲ ਗਿਆ ਨਾ, ਉਹ ਬਚਨ ਖਾਲਸਾ ਜੀ ਕਿਵੇਂ ਜੋ ਖੀਵਦਾ, ਕੌਣ ਖੀਵੇ ਸਹਾਰ ਸਕਦਾ ਹੈ, ਉਹ ਬਚਨ ਕਦੇ ਟਲ ਨਹੀਂ ਸਕਦਾ। ਜਿਹੜਾ ਬਚਨ ਵੀ ਗੁਰੂ ਨਾਨਕ ਸਾਹਿਬ ਤੁਹਾਡੀ ਰਸਨਾ ਤੋਂ ਨਿਕਲਿਆ, ਉਹ ਬਚਨ ਜੋਖਿਆ ਮਿਣਿਆ ਤੋਲਿਆ ਨਹੀਂ ਜਾ ਸਕਦਾ। ਉਸ ਬਚਨ ਨੂੰ ਕੌਣ ਹੈ ਜਿਹੜਾ ਖੀਵੇ ਸਹਾਰ ਸਕੇ। ਜਿਹੜਾ ਬਚਨ ਗੁਰੂ ਨਾਨਕ ਸਾਹਿਬ ਤੁਸੀਂ ਰਸਨਾ ਤੋਂ ਕਹਿਣਾ ਕੀਤਾ, ਉਹ ਸੱਪ ਹੋਇਆ ਹੈ। ਦੇ ਗੁਨਾ ਸਤ ਭੈਣ ਭਰਾਵ ਹੈ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਨਿਰੰਕਾਰ ਦਾ ਤੁਸੀਂ ਸਰੂਪ ਹੋ। ਦੇ ਗੁਣਾ, ਜਿਹੜੇ ਗੁਣ ਦਿੱਤੇ ਹੋਏ ਨੇ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਸਤਿਗੁਰੂ, ਤੁਹਾਡੇ ਕੋਲ ਜਿਹੜੇ ਗੁਣ ਨੇ ਨਾ, ਰੱਬੀ ਤਾਕਤ ਜਿਹੜੀ ਹੈ, ਸਾਧ ਸੰਤੋਖ ਦਇਆ ਧਰਮ ਵਿਚਾਰ, ਇਹ ਸੁਭ ਗੁਣ ਜਿਹੜੇ ਨਾ, ਇਹ ਸੱਚੇ ਪਾਤਸ਼ਾਹ ਤੁਹਾਡੇ ਭਰਾ ਨੇ। ਕਰਣਾ ਮੁਦਤਾ ਅਮੈਤਰੀ ਅਪੇਖਿਆ, ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੁਹਾਡੀਆਂ ਭੈਣਾਂ ਨੇ। ਦੇ ਗੁਣਾ ਸਤ ਭੈਣ ਭਰਾਵ ਹੈ। ਜਿਹੜੇ ਗੁਣ ਦਿੱਤੇ ਨਾ ਵਾਹਿਗੁਰੂ ਪਰਮੇਸ਼ਰ ਨੇ, ਤੁਹਾਨੂੰ ਸੁਭ ਗੁਣ ਬਖਸ਼ੇ ਹੋਏ ਨੇ, ਉਸ ਅਕਾਲ ਪੁਰਖ ਦਾ ਸਰੂਪ, ਉਹ ਸੰਸਾਰ ਦੇ ਭਲੇ ਵਾਸਤੇ ਆਏ ਹੋ, ਉਹ ਦੇ ਗੁਣਾ ਜਿਹੜੇ ਵਾਹਿਗੁਰੂ ਨੇ ਗੁਣ ਸ਼ਕਤੀ ਦੇ ਕੇ ਤੁਹਾਨੂੰ ਆਪਣਾ ਸਰੂਪ ਬਣਾ ਕੇ ਭੇਜਿਆ, ਉਹ ਸਤ ਭੈਣ ਭਰਾਵ ਹੈ। ਸੱਚ ਬੋਲਣਾ, ਸਤ ਸੰਤੋਖ ਧੀਰਜ ਧਰਮ, ਇਹ ਮਹਾਰਾਜ ਤੁਹਾਡੇ ਭਰਾ ਨੇ। ਅਤੇ ਕਰਣਾ ਮੁਦਤਾ ਅਮੈਤਰੀ ਅਪੇਖਿਆ, ਜਿਹੜੇ ਵਿਚਾਰਾਂ ਨੇ, ਇਹ ਸੱਚੇ ਪਾਤਸ਼ਾਹ ਤੁਹਾਡੀ ਭੈਣ ਬਰਾਬਰ ਹੈ, ਇਹ ਤੁਹਾਡੀਆਂ ਭੈਣਾਂ ਨੇ ਗੁਰੂ ਨਾਨਕ ਸਾਹਿਬ ਜੀ। ਰੰਗਤ ਗਾਨ ਪੜੀ ਵਧੇ, ਸੱਚੇ ਪਾਤਸ਼ਾਹ ਜਿਹੜੀ ਤੁਹਾਡੀ ਸਤ ਸੰਗਤ ਹੈ ਨਾ, ਜਿਹੜੀ ਸੰਗਤ ਹੈ ਤੁਹਾਡੀ, ਉਸ ਸੰਗਤ ਦੇ ਵਿੱਚ ਪਾਰੰਗਤ ਦਾਨ ਪੜੀ ਵਧੈ। ਪਾਰੰਗਤ ਜਾਂ ਕੇਵਲ ਮੋਖ ਹੈ, ਕੇਵਲ ਮੋਖ ਹੈ ਸੱਚੇ ਪਾਤਸ਼ਾਹ, ਕੇਵਲ ਮੁੱਖ ਦਾ ਦਾਨ ਪੜੀ ਵਧੈ ਪੈ ਰਿਹਾ ਹੈ। ਐਸਾ ਗੁਰਸਿੱਖਾਂ 'ਤੇ ਪਰੇ ਉਪਕਾਰ ਕਰਦੇ ਹੋ। ਦੁਨੀਆਂ ਤੋੜੀਆਂ ਰਿੱਧੀਆਂ ਸਿੱਧੀਆਂ ਦੇ ਜਾਲਾਂ 'ਚ ਫਸੀ ਹੋਈ ਹੈ। ਮੁਕਤੀਆਂ ਜਿਹੜੀਆਂ ਸਲੋਕ ਸਰੂਪ ਸਮੀਪ ਸਯੋਜ ਆਦਿ ਕਹਾਣ ਇੱਥੋਂ ਤੱਕ ਹੀ ਹੈ, ਪਰ ਤੁਹਾਡੇ ਦਰਬਾਰ ਵਿੱਚ, ਤੁਹਾਡੀ ਸੰਗਤ 'ਚ ਪਾਰੰਗਤ ਦਾਨ ਪੜੀ ਵਧੈ। ਕੇਵਲ ਮੋਖ ਜਿਹੜਾ ਸਿੱਖਾਂ ਨੂੰ ਦੇ ਕੇ ਨਿਹਾਲ ਕਰਦੇ ਨੇ, ਜੰਮਣ ਮਰਨ ਤੋਂ ਬਾਹਰੇ ਕਰਦੇ ਨੇ, ਉਹ ਇਹ ਮਹਾਰਾਜ ਦਾਨ ਪੈ ਰਿਹਾ, ਦਾਨ ਦੇ ਰਿਹਾ ਸਿੱਖਾਂ 'ਤੇ, ਪੜੀ ਵਧੈ ਪੜ ਰਿਹਾ ਪੈ ਰਿਹਾ। ਨਾਨਕ ਰਾਜ ਚਲਾਇਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੱਚ ਦਾ ਰਾਜ ਇਹ ਚਲਾਉਣਾ ਕੀਤਾ, ਪੰਚਾਇਤੀ ਰਾਜ ਹੈ। ਸੋ ਇਹ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਰਾਜ ਚਲਾਇਆ। ਇਹ ਰਾਜ ਜਿਹੜਾ ਨਾ, ਰਾਜ ਯੋਗ ਦੀ ਪ੍ਰਥਾ ਮਰਿਆਦਾ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਚਲਾਈ ਹੈ। ਔਰ ਸੱਚ ਦਾ ਰਾਜ, ਧਰਮ ਦੀ ਮਾਨ ਮਰਿਆਦਾ ਦਾ ਰਾਜ, ਇਹ ਗੁਰੂ ਨਾਨਕ ਸਾਹਿਬ ਤੁਸੀਂ ਚਲਾਉਣਾ ਕੀਤਾ ਹੈ। ਤੇ ਸੱਚੇ ਪਾਤਸ਼ਾਹ ਸੱਚ ਕੋਟ, ਸੱਚ ਦਾ ਕੋਟ ਕਿਲਾ ਤੁਸੀਂ ਉਸਾਰਨਾ ਕੀਤਾ, ਸੱਚ ਦਾ ਕੋਟ ਹੈ, ਸੱਚ ਦਾ ਬੋਲਬਾਲਾ, ਸੱਚ ਦਾ ਕਿਲਾ ਜਿਹੜਾ ਨਾ ਮਜ਼ਬੂਤ ਕੀਤਾ ਤੁਸੀਂ। ਸੱਚ ਕੋਟ ਸਤਾਣੀ ਨੀਵਤ ਹੈ, ਤੇ ਸਹਿਤ ਬਲ ਦੇ ਭਗਤੀ ਰੂਪੀ ਨੀਂਹ ਰੱਖਣਾ ਕੀਤੀ ਹੈ। ਭਗਤੀ ਦੀ ਨੀਂਹ, ਐਸੀ ਭਗਤੀ ਦੀ ਡੂੰਘੀ ਨੀਂਹ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਰੱਖੀ ਹੈ। ਹੇ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ, ਐਸੇ ਸਰਵ ਕਲਾ ਸਮਰਾਥੋਂ ਸੱਚ ਦਾ ਕਿਲਾ ਉਸਾਰੇ ਹੈ, ਔਰ ਗਰੀਬ ਨਿਵਾਜ ਸੱਚ ਦਾ ਕੋਟ ਕਿਲਾ ਉਸਾਰ ਕਰਕੇ ਡੂੰਘੀ ਭਗਤੀ ਦੀ ਸਹਿਤ ਬਲ ਦੇ ਸੱਚੇ ਪਾਤਸ਼ਾਹ ਨਿਓ ਰੱਖਣਾ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਦੇ ਸਿਰ ਤੇ ਧਰਿਓ ਛੱਤ ਸਿਰ, ਇਹ ਜਸ ਰੂਪੀ ਛਤਰ, ਪ੍ਰਤੱਖ ਵੀ ਛਤਰ, ਇਹ ਚਲਾਉਣਾ ਕੀਤਾ। ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਾ ਤਖ਼ਤ ਬਖਸ਼ਿਆ ਹੈ। ਲਹਿਣੇ ਧਰਿਓ ਨੇ ਛੱਤ ਸਿਰ, ਜਿਹੜਾ ਛਤਰ ਸੀ ਨਾ ਝੁੱਲੇ ਸੋ ਛੱਤ ਨਿਰੰਜਨੀ, ਮੱਲ ਤਖ਼ਤ ਬੈਠਾ ਗੁਰ ਹੱਟੀਐ। ਗੁਰੂ ਦੀ ਜਿਹੜੀ ਗੁਰਤਾ ਗੱਦੀ ਰੂਪੀ ਹੱਟ ਤੇ ਬੈਠ ਕਰਕੇ ਸਤਿਗੁਰੂ ਅੰਗਦ ਸਾਹਿਬ ਦੇ ਸਿਰ ਤੇ ਇਹ ਸੱਚੇ ਪਾਤਸ਼ਾਹ ਜਸ ਰੂਪੀ ਛਤਰ ਤੁਸੀਂ ਚਲਾਉਣਾ ਕੀਤਾ ਹੈ। ਲਹਿਣੇ ਧਰਿਓ ਨੇ ਛੱਤ ਸਿਰ, ਬਾਬੇ ਲਹਿਣੇ ਦੇ ਸਿਰ ਤੇ ਛਤਰ ਝੁੱਲਦਾ ਗੁਰਿਆਈ ਦਾ। ਕਰ ਸਿਫਤੀ ਅੰਮ੍ਰਿਤ ਪੀਵਦੇ, ਉਹ ਭਾਈ ਲਹਿਣਾ ਜੀ
ਜਿਨ੍ਹਾਂ ਨੇ ਕਰ ਸਿਫਤੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਗਾਤ ਦਿਨ ਸੇਵਾ 'ਚ ਲੱਕ ਬੰਨ ਕੇ ਕੋਈ ਹੀਲ ਹੁਜਤ ਨਹੀਂ, ਕੋਈ ਆਪਣੀ ਸਿਆਣਪ ਨਹੀਂ, ਕੋਈ ਆਪਣੀ ਰਹਿ ਨਹੀਂ। ਧੰਨ ਗੁਰੂ ਅੰਗਦ ਸਾਹਿਬ ਦਾ ਕਰੇ ਜੀਵਨ ਭਰ ਕੇ ਵੇਖ ਲਈਏ, ਹੈਰਾਨ ਹੋ ਜਾਈਦਾ। ਕੋਈ ਵੀ ਬਚਨ ਸਤਿਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਨਿਕਲਿਆ, ਕਦੇ ਮੋੜਿਆ ਨਹੀਂ, ਕਦੇ ਸਲਾਹ ਨਹੀਂ ਦਿੱਤੀ ਕਿ ਆਹ ਕੰਮ ਅੱਜ ਨਹੀਂ ਹੋ ਸਕਦਾ, ਕੱਲ੍ਹ ਨੂੰ ਹੋ ਜਾਏਗਾ, ਨਹੀਂ ਤਾਂ ਪਰਸੋਂ ਨੂੰ ਜ਼ਰੂਰ ਕਰ ਦਿਆਂਗੇ। ਜਿਹੜਾ ਵੀ ਹੁਕਮ ਹੋਇਆ ਝੱਟ ਉੱਤੇ ਪਹਿਰਾ ਦਿੱਤਾ ਹੈ, ਉਸ ਗੁਰੂ ਨਾਨਕ ਸਾਹਿਬ ਦੀ ਸਿਫਤ ਸਲਾਹ ਜਿਹੜੀ ਤੁਸੀਂ ਕੀਤੀ ਹੈ ਨਾ, ਅੰਮ੍ਰਿਤ ਪੀਵਦਾ। ਇਹ ਵਾਹਿਗੁਰੂ ਦੀ ਸਿਫਤ ਸਲਾਹ ਰੂਪੀ ਅੰਮ੍ਰਿਤ ਨੂੰ ਪੀਤਾ ਗੁਰੂ ਅੰਗਦ ਸਾਹਿਬ। ਤੁਸੀਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਚਿੱਤ ਪ੍ਰਸੰਨ ਕਰ ਲਿਆ ਹੈ, ਐਸੇ ਸਰਵ ਸ਼ਕਤੀਵਾਨ ਗੁਰੂ ਨਾਨਕ ਸਾਹਿਬ ਉਸ ਵਾਹਿਗੁਰੂ ਦੀ ਸਿਫਤ ਸਲਾਹ ਗੁਰੂ ਨਾਨਕ ਦੀ ਸੇਵਾ ਸਿਮਰਨ ਕਰਕੇ ਅੰਮ੍ਰਿਤ ਪੀਵਦਾ। ਇਹ ਅੰਮ੍ਰਿਤ ਨੂੰ ਪੀਣਾ ਕੀਤਾ ਹੈ, ਵਾਹਿਗੁਰੂ ਦੇ ਨਾਮ ਸਿਮਰਨ ਭਗਤੀ ਦਾ ਅੰਮ੍ਰਿਤ ਪੀਤਾ ਹੈ। ਮਤ ਗੁਰ ਆਤਮ ਦੇਵ ਦੀ, ਜਿਹੜੀ ਮਤ ਸੀ ਨਾ ਸਿੱਖਿਆ ਗੁਰੂ ਨਾਨਕ ਦੇਵ ਦੀ, ਆਤਮਾ ਦੇਵ ਹਿਰਦੇ ਦੇ ਪੂਜਨੀਕ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਆਤਮਾ ਵਾਸਤੇ ਸਿੱਖਿਆ ਸੀ, ਉਹ ਮਤ ਗੁਰ ਆਤਮ ਦੇਵ ਦੇ, ਉਹ ਮਤ ਸਿੱਖਿਆ ਜਿਹੜੀ ਹੈ ਨਾ ਆਤਮਾ ਨੂੰ ਦਿੱਤੀ ਗੁਰੂ ਅੰਗਦ ਸਾਹਿਬ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ। ਇਹ ਢਾਲ ਪਕੜਾਈ ਹੈ, ਤੁਹਾਡੇ ਹੱਥ ਢਾਲ ਹੈ ਦੁਸ਼ਮਣ ਦੇ ਵਾਰ ਨੂੰ ਰੋਕਣ ਵਾਸਤੇ, ਢਾਲਾ ਹੁੰਦਾ ਨਾ। ਜਿਹੜੀ ਗੁਰੂ ਨਾਨਕ ਸਾਹਿਬ ਦੀ ਮਤ ਸਿੱਖਿਆ ਤੁਹਾਨੂੰ ਪ੍ਰਾਪਤ ਹੋਈ ਗੁਰੂ ਅੰਗਦ ਸਾਹਿਬ, ਉਹ ਤੁਹਾਡੇ ਹੱਥ 'ਚ ਢਾਲਾ ਫੜਾਇਆ ਸਤਿਗੁਰਾਂ ਨੇ। ਖੜਗ ਜੋਰ ਪ੍ਰਾਪਤ ਹੋਏ ਜੀਦੇ, ਤੇ ਸੱਚੇ ਪਾਤਸ਼ਾਹ ਪ੍ਰਾਪਤ ਹੋਏ, ਪਰਾਕਰਮ ਵਾਲਾ, ਵੱਡੇ ਭਾਰੀ ਬਲ ਵਾਲਾ, ਸ਼ਕਤੀ ਵਾਲਾ ਸਤਿਗੁਰੂ ਨੇ ਤੁਹਾਨੂੰ ਗਿਆਨ ਰੂਪੀ ਖੜਗ ਠੰਡਾ ਫੜਾਉਣਾ ਕੀਤਾ ਹੈ। ਸਤਿਗੁਰੂ ਗਰੀਬ ਰਵਾਜ ਨੇ ਭਗਤੀ ਰੂਪੀ ਤਲਵਾਰ, ਪਰਾਕਰਮ ਵਾਲਾ ਵੱਡੇ ਬਲ ਵਾਲਾ, ਪ੍ਰਾਕ ਹੋਏ ਪਰਾਕਰਮ ਵੱਡੇ ਬਲ ਵਾਲਾ ਸ਼ਕਤੀ ਵਾਲਾ ਖੜਗ, ਇਹ ਖੰਡਾ ਸਤਿਗੁਰੂ ਨੇ ਤੁਹਾਨੂੰ ਗੁਰੂ ਅੰਗਦ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਗੁਰ ਚੇਲੇ ਰਹਿ ਰਾਸ ਕੀ, ਗੁਰੂ ਨਾਨਕ ਸਾਹਿਬ ਨੇ ਗੁਰੂ ਤੇ ਚੇਲੇ ਦੀ ਜਿਹੜੀ ਰਾਹ ਦੇ ਵਿੱਚ ਦਾ ਮਾਣ ਮਰਿਆਦਾ ਸੀ, ਆਪਣੇ ਸਰੀਰ ਦੇ ਕਾਇਮ ਹੁੰਦਿਆਂ ਹੋਇਆਂ ਗੁਰਿਆਈ ਦੇ ਤਖ਼ਤ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਨੂੰ ਬਿਠਾਉਣਾ ਹੈ। ਇਹ ਮਹਾਰਾਜ ਗੁਰੂ ਚੇਲੇ ਵਾਲੀ ਜਿਹੜੀ ਪ੍ਰਥਾ ਸੀ ਨਾ, ਆਪਣੇ ਜਿਉਂਦੇ ਜੀ ਸੇਵਾ ਸੰਭਾਲ ਦੇਣੀ ਕਰਾਉਣੀ, ਇਹ ਗੁਰੂ ਨਾਨਕ ਸਾਹਿਬ ਤੁਸੀਂ ਗੁਰਤਾ ਗੱਦੀ ਬਾਬੇ ਲਹਿਣੇ ਨੂੰ ਦੇ ਕੇ ਆਪਣਾ ਸਰੂਪ ਹੀ ਗੁਰੂ ਅੰਗਦ ਸਾਹਿਬ ਨੂੰ ਬਣਾ ਲਿਆ। ਸੱਚੇ ਪਾਤਸ਼ਾਹ ਉਹ ਮਾਣ ਮਰਿਆਦਾ ਤੁਸੀਂ ਕੀਤੀ, ਜਿਹੜੀ ਰਹੁ ਰੀਤ ਸੀ ਨਾ ਸੰਸਾਰ ਦੀ ਗੁਰੂ ਚੇਲੇ ਵਾਲੇ, ਗੁਰ ਚੇਲੇ ਰਹਿ ਰਾਸ ਕੀ, ਨਿਸ਼ਚੇ ਨਾਲ ਆਪ ਮਾਣ ਮਰਿਆਦਾ ਕਾਇਮ ਕੀਤੇ। 24,000 ਸਿੱਖਾਂ ਦਾ ਇਕੱਠ ਸੀ, ਪੁੱਤਰਾਂ ਦੀ ਵੀ ਪਰਖ ਕੀਤੀ, ਗੁਰਸਿੱਖਾਂ ਦੀ ਵੀ ਪਰਖ ਕੀਤੀ, ਸਿੱਖਾਂ ਪੁੱਤਰਾਂ ਭੋਖ ਕਹਿ ਸਭ ਉਮਤ ਵੇਖਾ ਹੋ, ਜੇ ਕਿਉਂ ਜਾਂ ਸੁੱਧ ਹੋ ਤਾਂ ਲਹਿਣਾ ਟਿੱਕੇ ਆਉਣਾ। ਸਿੱਖਾਂ ਪੁੱਤਰਾਂ ਦੀ ਪਰਖ ਕੀਤੀ, ਜਦੋਂ ਸੋਧ ਕੇ ਵੇਖਿਆ ਨਾ, ਤੇ ਧੰਨ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਤੁਸੀਂ ਪਰਖ ਵਿੱਚ ਪੂਰੇ ਟਿਕ ਸਕੇ ਹਾਂ। ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਨੇ ਤੁਹਾਨੂੰ ਆਪਣੇ ਜਿਉਂਦੇ ਜੀ ਸਰੀਰ ਦੇ ਹੁੰਦਿਆਂ ਹੋਇਆ ਆਪ ਕਿਰਪਾ ਕਰਕੇ ਖਾਲਸਾ ਜੀ ਗੁਰਤਾ ਗੱਦੀ 'ਤੇ ਸਥਾਪਨ ਕੀਤਾ ਹੈ। ਗੁਰ ਚੇਲੇ ਰਹਿਰਾਸ ਨਾ, ਗੁਰੂ ਚੇਲੇ ਵਾਲੀ ਰਹੁ ਰੀਤ ਮਾਣ ਮਰਿਆਦਾ ਆਪ ਨਿਭਾਉਣਾ ਕੀਤੀ ਹੈ। ਨਾਨਕ ਸਲਾਮਤ ਥੀਵਦੈ, ਆਪ ਜੀ ਦੇ ਸਰੀਰ ਦੇ ਸਲਾਮਤ ਹੁੰਦਿਆਂ ਹੋਇਆ ਨਾ, ਥੀਵਦੈ ਹੁੰਦਿਆਂ ਹੋਇਆ ਸਰੀਰ ਦੇ ਆਪ ਮਾਣ ਮਰਿਆਦਾ ਨੂੰ ਸਾਰੀ ਨੂੰ ਨਿਭਾਏ ਗੁਰੂ ਨਾਨਕ ਸਾਹਿਬ, ਆਪ ਗੁਰਤਾ ਗੱਦੀ ਬਖਸ਼ਣਾ ਕੀਤੀ ਹੈ। ਸਹਿ ਟਿੱਕਾ ਦਿੱਤੋਸ ਜੀਵਦੈ, ਆਪਣੇ ਜਿਉਂਦੇ ਜੀ ਖਾਲਸਾ ਜੀ ਸਰੀਰ ਦੇ ਹੁੰਦਿਆਂ ਹੋਇਆ ਸਹਿ ਟਿੱਕਾ ਦਿੱਤੋਸ, ਔਰ ਸ਼ਹਿ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੇਵਕ ਬਾਬੇ ਲਹਿਣੇ ਨੂੰ ਗੁਰਿਆਈ ਦਾ ਤਖ਼ਤ, ਗੁਰਿਆਈ ਦਾ ਟਿੱਕਾ ਇਹ ਲਾਉਣਾ ਕੀਤਾ ਸੀ ਗੁਰੂ ਅੰਗਦ ਸਾਹਿਬ ਜੀ ਨੂੰ। ਸੱਚੇ ਪਾਤਸ਼ਾਹ ਇਸੇ ਗੁਰੂ ਨਾਨਕ ਸਾਹਿਬ ਸਰਬ ਕਲਾ ਸਮਰੱਥ, ਉਹਨਾਂ ਦਾ ਸਰੂਪ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣਾ ਸਰੂਪ ਹੀ ਬਣਾ ਲਿਆ ਅਤੇ ਉਹਨਾਂ ਸਤਿਗੁਰਾਂ ਦੀ ਉਸਤਤ ਵਡਿਆਈ ਕਰਦਿਆਂ ਹੋਇਆ ਇਹ ਚਾਰ ਪਹਿਲੀ ਜਿਹੜੀਆਂ ਪੌੜੀਆਂ ਨੇ, ਅੱਜ ਪਹਿਲੀ ਪੌੜੀ ਦੀ ਕਥਾ, ਚਾਰ ਪੌੜੀਆਂ ਵਿੱਚ ਭਾਈ ਧੰਨ ਗੁਰੂ ਅੰਗਦ ਸਾਹਿਬ ਦੀ, ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਰਲਵੀਂ ਮਿਲਵੀਂ ਭਾਈ ਸੱਤੇ ਬਲਵੰਡੇ ਨੇ ਕੀਤੀ ਹੈ। ਚਾਰ ਪੌੜੀਆਂ 'ਚ ਫਿਰ 33 ਵਾਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ, ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਵਡਿਆਈ ਦੀਆਂ ਪੌੜੀਆਂ ਹਨ।
ਆਉਣ ਵਾਲੇ ਸਮੇਂ 'ਚ ਰੋਜ਼ ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰ, ਭੁੱਲਾਂ 'ਚੋਂ ਕਰ ਕਦੇ ਨਾ ਚਤਾਰਨਾ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਕੱਲ੍ਹ ਨੂੰ ਅੰਮ੍ਰਿਤ ਵੇਲੇ ਭਾਰੀ ਅੰਮ੍ਰਿਤ ਸੰਚਾਰ ਹੋ ਰਿਹਾ, ਭਾਗਾਂ ਵਾਲਿਓ ਨਿਗੋਰੇ ਪੁਣ ਦੀ ਜੂਠ ਲਾਈਏ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਗੁਰੂ ਕੀ ਸੰਗਤ ਜੀ, ਭੈਣਾਂ ਵੀਰਾਂ ਮਾਤਾਵਾਂ ਬਜ਼ੁਰਗਾਂ ਬੱਚੀ ਬੱਚਿਆਂ ਦੀ ਸੇਵਾ ਵਿੱਚ ਬੇਨਤੀ ਹੈ, ਅੰਮ੍ਰਿਤ ਪੀਵਹੋ ਸਦਾ ਚਿਰ ਜੀਵਹੋ। ਹਰ ਸਿਮਰਤ ਅਣਦੇ ਅਨੰਤਾ, ਰੰਗ ਤਮਾਸਾ ਪੂਰਨੇ ਆਸਾ, ਕਬਹਿ ਨਾ ਵਿਆਪੈ ਚਿੰਤਾ। ਸੋ ਗੁਰੂ ਕਾ ਅੰਮ੍ਰਿਤ ਛਾ ਕੇ ਤਿਆਰ ਪ੍ਰਤਿਆਰ ਗੁਰੂ ਕੇ ਖਾਲਸੇ ਬਣੀਏ। ਇਹ ਮਨਾਇਆ ਹੋਇਆ ਖਾਲਸੇ ਦਾ ਇਹ ਅਵਤਾਰ ਦਿਹਾੜਾ, ਇਹ ਖਾਲਸਾ ਸਿਰਜਣਾ ਦਿਵਸ ਬਹੁਤ ਸਫਲਾ ਹੋਵੇਗਾ। ਗੁਰੂ ਕਿਰਪਾ ਕਰੇ, ਅੰਮ੍ਰਿਤ ਦੀ ਦਾਤ ਸਾਡੀ ਝੋਲੀ 'ਚ ਪੈ ਜਾਵੇ। ਸਤਿਗੁਰੂ ਆਪਣੇ ਚਰਨਾਂ ਨਾਲ ਜੋੜੀ ਰੱਖਣ। ਗੁਰੂ ਕਾ ਅਤੇ ਗੁਰੂ ਦੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਬਖਸ਼ਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।